ਕਰ ਹਰ ਅਗ ਪਾਪ ਸਕਲ ਮਲ ਤਾਮ ਕ્રોਧ ਅਰ ਲੋਭ ਮੋਹ ਵਸ ਕਰੈ ਸਬ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਵ ਨਿਦ ਦਰਿ ਆਉ ਜਨਮ ਹਮ ਕਾਲਖ ਤੋਵੇ ਸੁਖੋ ਟਲ ਗੁਰ ਸੇਵੀਐ ਅਹ ਇਸ ਸਹਜ ਸੁਬਾਹੇ ਦਰਸ਼ਨ ਪਰਸੇ ਹੈ ਗੁਰੂ ਕੇ ਜਨਮ ਮਰਨ ਦੁਖ ਜਾਈ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਦੇ ਤਰੇ ਆਰੇ ਗੁਰ ਨਾਨਕ ਜਿਨ ਸੁਣਿਆ ਪਿਖਿਆ ਸੇ ਫਿਡੇ ਗਰਭਾਸਨਾ ਪਰਿਆਰੇ ਗੁਰ ਨਾਨਕ ਜਿਨ ਸੁਣਿਆ ਪਿਖਿਆ ਸੇ ਫਿਰ ਗਰਬਾਸ ਨ ਪਰਿਆਰੇ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਜੁਗ ਹੋ ਜੁਗ ਅਟਲ ਸਰਬ ਰੇ ਕਾਇਨਾਤ ਦੇ ਰਹਿਬਰ ਸ਼ਬਦ ਗੁਰੂ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਗੁਰਾਂ ਦੀ ਪਵਨ ਪਵਿੱਤਰ ਨਿੱਗੀ ਗੋਦ ਅੰਦਰ ਸੁਭਾਏ ਮਨ गुरु स्वरूप गुरु प्यारी साध संगत जियो धन धन गुरु तेग बहादुर पातशाह जी प्रगट भय गुरु तेक बहादुर जिन सगल श्रिष्ट पै टाकी चादर ਸਤਿਗੁਰਾਂ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਇਨਾ ਪਾਵਨ ਦੀਵਾਨਾਂ ਦੇ ਅੰਦਰ ਹਾਜ਼ਰੀਨ ਹੋ ਕੇ ਬੜੇ ਪਿਆਰ ਬੜੇ ਅਦਬ ਬੜੇ ਸਤਕਾਰ ਦੇ ਨਾਲ ਗੁਰੂ ਘਰ ਦੀ ਪਵਨ ਮਰਿਆਦਾ ਅਨੁਸਾਰ ਪਵਨ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਰਵਨ ਕਰ ਰਹੇ ਹੋ ਸੋ ਸਤਗੁਰਾਂ ਦੀ ਅਪਾਰ ਨਦਰ ਸਦਕਾ ਅੰਮ੍ਰਿਤ ਨਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਆਪ ਸਰਬਤ ਸੰਗਤਾਂ ਜੁੜ ਬੈਠੀਆਂ ਹੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਅੰਦਰੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 459 ਉਤੇ ਸੁਭਾਇਮਾਨ ਇਹ ਪਾਵਨ ਸ਼ਬਦ ਜੋ ਸਤਿਗੁਰੂ ਧੰਨ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਇਸ ਪਵਨ ਸ਼ਬਦ ਦੇ ਅੰਦਰੋਂ ਸ਼ਲੋਕ ਔਰ ਦੋ ਬਚਨਾਂ ਦੀ ਦੋ ਬੰਦਾਂ ਦੀ ਵਿਚਾਰ ਆਪ ਜੀ ਨੇ ਪਿਛਲੇ ਦਿਵਾਨਾ ਵਿੱਚ ਸਰਵਣ ਕੀਤੀ ਹੈ ਵਿਚਾਰ ਅਧੀਨ ਦੋ ਬੰਦ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਦਾਮ ਸਿੰਘ ਜੀ ਤਿੰਨਾਂ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਨੇ ਆਉਣੇ ਨਾਮ ਅਮਰਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਔਰ ਨਾਲ ਹੀ ਅੱਜ ਸਿੱਖ ਪੰਥ ਦੇ ਅੰਦਰ ਬਹੁਤ ਮਹਾਨ ਦਿਨ ਇਤਿਹਾਸਿਕ ਤੌਰ ਤੇ ਜਿੰਨੂੰ ਅਸੀਂ ਪਿਛਲੇ ਸਮੇਂ ਤੋਂ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਸਦਕਾ ਲਾਲ ਕਿਲੇ ਦੇ ਅੰਦਰ ਬੜੀ ਚੜ੍ਹਦੀਆਂ ਕਲਾ ਵਿੱਚ ਮਨਾਉਂਦੇ ਆ ਰਹੇ ਹਾਂ ਅੱਜ ਦਿੱਲੀ ਫਤਿਹ ਦਿਵਸ ਵੀ ਹੈ ਸੋ ਨਾਲ-ਨਾਲ ਇਤਿਹਾਸ ਦੇ ਅੰਦਰੋਂ ਵੀ ਇਤਿਹਾਸ ਦੇ ਉਹਨਾਂ ਪਾਵਨ ਬਚਨਾਂ ਨੂੰ ਜੋ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਲਿਖੇ ਨੇ ਉਹਨਾਂ ਪੰਨਿਆਂ ਦਾ ਉਹਨਾਂ ਵਾਕਿਆਂ ਦਾ ਜ਼ਿਕਰ ਵੀ ਆਪ ਸੰਗਤਾਂ ਦੇ ਨਾਲ ਸਾਂਝਾ ਕਰਨੇ ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਨ ਆਪ ਤਰਸ ਕਰਕੇ ਜਿੱਥੇ ਸਤਿਗੁਰ ਨੇ ਆਪਣੀ ਗੋਦ ਵਿੱਚ ਬੈਠਣ ਦਾ ਸਬਬ ਬਖਸ਼ਿਆ ਉਥੇ ਸਤਿਗੁਰ ਜੀ ਬਾਣੀ ਦੇ ਵਿਚਾਰ ਨਾਲ ਜੁੜਨ ਦੀ ਦਾਤ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨ ਆਉ ਆਪ ਜਿਤਨੇ ਤਨ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਜਾਂ ਫਿਰ ਕਰਮ ਵਿੱਚ ਬੈਠ ਕੇ ਸਰਵਨ ਕਰ ਰਹੇ ਹੋ ਕਰੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ ਜੀ ਦੇਹੋ ਅਸੀਸ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤਿਹ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਨੇ ਜਦੋਂ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਬਾਣੀ ਵਿੱਚ ਬਿਆਨ ਕੀਤਾ ਹੈ ਮੇਰੇ ਦਾਤਾਰ ਪਿਤਾ ਜੀ ਨੇ ਬਹੁਤ ਪਿਆਰੇ ਬਚਨ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੇ ਨੇ ਸਭ ਕਹਿੰਦੇ ਨੇ ਜਿਵੇਂ ਹੰਸ ਸਰੋਵਰ ਦੇ ਕੰਡੇ ਤੇ ਬੈਠਾ ਹੋਵੇ ਤੇ ਉਹ ਸਰੋਵਰ ਦੇ ਅੰਦਰ ਜਦੋਂ ਚੁਬੀ ਮਾਰਦਾ ਹੈ ਉਸ ਸਰੋਵਰ ਦੇ ਅੰਦਰੋਂ ਕੀਮਤੀ ਹੀਰੇ ਤੇ ਮੋਤੀ ਚੁਗ ਕੇ ਆਪਣਾ ਆਹਾਰ ਉਹਨਾਂ ਕੀਮਤੀ ਹੀਰਿਆਂ ਤੇ ਮੋਤੀਆਂ ਨੂੰ ਬਣਾਉਂਦੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਭ ਕਹਿੰਦੇ ਨੇ ਗੁਰੂ ਸਰੋਵਰ ਹੈ। ਤੇ ਸਿੱਖ ਹੰਸ ਹੈ। ਗੁਰੂ ਕਿਰਪਾ ਕਰਦਾ ਜਦੋਂ ਗੁਰੂ ਸਰੋਵਰ ਦੇ ਚਰਨਾਂ ਦੇ ਵਿੱਚ ਸਿੱਖ ਆ ਕੇ ਜੁੜਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਇਹ ਸਿੱਖ ਰੂਪੀ ਹੰਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੂਪੀ ਸਰੋਵਰ ਦੇ ਅੰਦਰੋਂ ਕੀਮਤੀ ਗੁਣਾ ਰੂਪੀ ਹੀਰੇ ਤੇ ਮੋਤੀਆਂ ਨੂੰ ਚੁਗਦਾ ਹੈ ਔਰ ਉਹਨਾਂ ਕੀਮਤੀ ਹੀਰਿਆਂ ਨੂੰ ਪਾਪ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ ਇਹ ਬਚਨ ਆਪ ਬਾਣੀ ਵਿੱਚੋਂ ਸਾਰੇ ਪੜਦੇ ਹੋ ਸਹਿਬ ਕਿਰਪਾ ਕਰਦੇ ਨੇ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਇਹ ਮੈਂ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਣ ਪਾਤਸ਼ਾਹ ਕਹਿੰਦੇ ਨੇ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰੇ ਜੁੜਿਆ ਮੇਰੇ ਸਤਿਗੁਰ ਨੇ ਤਰਸ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰੋਂ ਇਹ ਦਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਕੇ ਤਰੁੱਠ ਕੇ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਥੋਂ ਤੱਕ ਬਚਨ ਆਖੇ ਨੇ ਗੁਰੂ ਕੇ ਸਿਖਾ ਸੰਸਾਰ ਦੇ ਅੰਦਰ ਜਿਵੇਂ ਇੱਕ ਮਰਜੀ ਵੜਾ ਪਾਣੀ ਦੇ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾ ਕੇ ਉਹ ਸਮੁੰਦਰ ਦੇ ਅੰਦਰੋਂ ਕੀਮਤੀ ਪਦਾਰਥਾਂ ਦੀ ਖੋਜ ਕਰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਤੇ ਆਪਣੀ ਸੁਰਤ ਦੇ ਨਾਲ ਗੁਰੂ ਸ਼ਬਦ ਦੇ ਅੰਦਰ ਚੁਬੀ ਮਾਰ ਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਕੀਮਤੀ ਗੁਣਾਂ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਵਸਾ ਲੈਂਦਾ ਹੈ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ। ਪਰ ਸਾਬ ਕਹਿੰਦੇ ਨੇ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਜੋ ਜੋ ਖੋਜੇਗਾ ਸਾਬ ਕਹਿੰਦੇ ਨੇ ਉਤ੍ਰਿਪਤ ਹੋਏਗਾ। ਸੱਚ ਵਿੱਚ ਗੁਰਮਖੋ ਸਾਰੇ ਵਿਚਾਰ ਜਿਹੜੀ ਹੈ ਨਾ ਉਹ ਸਿਰਫ ਤੇ ਸਿਰਫ ਸੁਰਤ ਦਾ ਸ਼ਬਦ ਦੇ ਨਾਲ ਮੇਲ ਹੋ ਜਾਏ ਜਿਹਨੂੰ ਸਹਿਬ ਕਹਿੰਦੇ ਨੇ ਸੁਰਤੀ ਸੁਰਤ ਰਲਾਈਏ ਏਤ ਤਨ ਕਰ ਤੁਲਹਾ ਲੰਗੇ ਜੀਤ ਸੁਰਤ ਤੇਰੀ ਗੁਰੂ ਸ਼ਬਦ ਨਾਲ ਜੁੜ ਜਾਏ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਸੰਸਾਰ ਰੂਪੀ ਭਵ ਸਾਗਰ ਤੋਂ ਤੂੰ ਪਾਰ ਹੋ ਜਾਏਗਾ ਸਹਿਬ ਨੇ ਕਿਰਪਾ ਕੀਤੀ ਇਸ ਸ਼ਬਦ ਦੇ ਅੰਦਰ ਜੋ ਆਪ ਜੀ ਨੇ ਸਰਵਣ ਕੀਤਾ ਹੈ ਇੰਦੇ ਅੰਦਰ ਸਤਿਗੁਰ ਨੇ ਇੱਕ ਜੀਵ ਇਸਤਰੀ ਦਾ ਦੂਜੀ ਜੀਵ ਇਸਤਰੀ ਦੇ ਨਾਲ वार्तालाप ਬਖਸ਼ਿਸ਼ ਕੀਤਾ ਹੈ। ਸ਼ਲੋਕ ਦੇ ਅੰਦਰ ਪਹਿਲਾਂ ਸਹਿਬ ਕਿਰਪਾ ਕਰਕੇ ਕਹਿੰਦੇ ਨੇ ਮੇਰੇ ਮਾਲਕ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ। ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਮੇਰੀ ਇਸ ਅਦਸ਼ਨਾ ਤੇ ਮੇਰੀ ਰਸਨਾ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਏ ਮੇਰੀ ਚਿਤਵਨੀ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਏ ਤੇ ਮੈਨੂੰ ਰੱਬੀ ਪਿਆਰ ਵਾਲਿਆਂ ਦੀ ਸੰਗਤ ਮਿਲ ਜਾਏ ਹੇ ਨਾਨਕ ਜੀ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਕਿ ਮੈਨੂੰ ਇੱਕ ਘੜੀ ਵੀ ਮੇਰੇ ਦਾਤਾ ਜੀ ਤੇਰਾ ਨਾਮ ਨਾ ਵਿਸਰੇ ਇੱਕ ਘੜੀ ਵੇਖੋ ਬਾਣੀ ਦਾ ਬੜਾ ਪਿਆਰਾ ਫਰਮਾਨ ਹੈ ਸਾਥ ਸੰਗਤ ਸਭ ਕਿੰਦ ਨੇ ਇੱਕ ਘੜੀ ਨਾ ਮਿਲਤੇ ਜੇ ਮੇਰੇ ਦਾਤਾ ਇੱਕ ਘੜੀ ਵੀ ਤੂੰ ਮੈਨੂੰ ਬਿਸਰਨੇ ਤੇ ਸਤਿਗੁਰ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਫਿਰ ਉਹ ਸਮਾਂ ਮੇਰੇ ਜੀਵਨ ਦੇ ਅੰਦਰ ਕਲ ਯੁਗ ਪਾਪ ਦੁਵੇਸ਼ ਦੇ ਨਾਲ ਭਰਿਆ ਹੋਇਆ ਸਮਾਂ ਬਣ ਜਾਂਦਾ ਜਦੋਂ ਪਰਮਾਤਮਾ ਜੀਵਨ ਦੇ ਵਿੱਚੋਂ ਬਿਸਰ ਜਾਏ ਚੇਤੇ ਰੱਖਿਓ ਬੰਦਾ ਜੀਵਨ ਦੇ ਅੰਦਰ ਬਹੁਤ ਵੱਡੇ ਮੁਕਾਮ ਤੇ ਪਹੁੰਚਿਆ ਹੋਵੇ ਉਹਦੇ ਕੋਲ ਸੰਸਾਰ ਦੀਆਂ ਸਾਰੀਆਂ ਸਹੂਲਤਾਂ ਹੋਣ ਪਰ ਜੇ ਉਹ ਦਿਮਾਗੀ ਤੌਰ ਤੇ ਸਭ ਕੁਝ ਵਿਸਰ ਜਾਏ ਤਖਤਾਂ ਦਾ ਰਾਜਾ ਹੋ ਕੇ ਵੀ ਉਹ ਭਿਖਾਰੀ ਬਣ ਜਾਂਦਾ ਹੈ ਬੜੇ ਪਿਆਰੇ ਬਚਨ ਕਿਸੇ ਸੱਜਣ ਨੇ ਲਿਖੇ ਨੇ ਇੱਕ ਇਨਸਾਨ ਜਿਹੜਾ ਰਾਜੇ ਦਾ ਪੁੱਤਰ ਏ ਪਰ ਇੱਕ ਦਿਨ ਸਬਬ ਬਣਿਆ ਉਨਦੇ ਦਿਮਾਗ ਦੇ ਵਿੱਚ ਕੋਈ ਐਸਾ ਪਰਮਾਤਮਾ ਦੀ ਕਰਨੀ ਦੇ ਨਾਲ ਕੋਈ ਐਸਾ ਸਬਬ ਬਣਿਆ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਸਾਰਾ ਕੁਝ ਵਿਸਰ ਗਿਆ ਹੁਣ ਉਹਨੇ ਆਪਣਾ ਘਰ ਛੱਡ ਦਿੱਤਾ ਘਰ ਛੱਡ ਕੇ ਘਰ ਤੋਂ ਬਾਹਰ ਨਿਕਲ ਗਿਆ ਭੁੱਖ ਲੱਗਦੀ ਏ ਤੇ ਲੋਕਾਂ ਦੇ ਕੋਲੋਂ ਮੰਗ ਕੇ ਖਾਂਦਾ ਜਦੋਂ ਪਿਆਸ ਲੱਗਦੀ ਏ ਤੇ ਲੋਕਾਂ ਦੇ ਕੋਲੋਂ ਮੰਗ ਕੇ ਪੀਣ ਨੂੰ ਪਾਣੀ ਲੈ ਲੈਂਦਾ ਤੁਰਦਿਆਂ ਤੁਰਦਿਆਂ ਭਿਖਾਰੀਆਂ ਦੇ ਕੋਲ ਪਹੁੰਚ ਗਿਆ ਜਿਹੜੇ ਰੋਜ਼ ਮੰਗ ਕੇ ਖਾਂਦੇ ਸਨ ਉਹਨਾਂ ਦੀ ਸਹਬਤ ਵਿੱਚ ਉਹਨਾਂ ਦੀ ਸੰਗਤ ਵਿੱਚ ਬਹਿ ਗਿਆ ਉਹਨਾਂ ਭਿਖਾਰੀਆਂ ਨੇ ਮੰਗ ਕੇ ਨਾਲੇ ਆਪ ਖਾਣਾ ਨਾਲੇ ਉਹਨੂੰ ਖਾਣ ਨੂੰ ਦੇ ਦੇਣਾ ਇੱਕ ਦਿਨ ਕਲਾ ਵਾਪਰੀ ਬੈਠਾ ਹੋਇਆ ਸੀ ਤੇ ਬੈਠੇ-ਬੈਠੇ ਉਹਦੀ ਸੁਰਤ ਉਹਦੇ ਟਿਕਾਣੇ ਤੇ ਆ ਗਈ ਭਾਵੇਂ ਜੋ ਕੁਝ ਭੁੱਲਿਆ ਸੀ ਉਹਨੂੰ ਚੇਤੇ ਆ ਗਿਆ ਉਹਨੂੰ ਸਮਝ ਆ ਗਈ ਜਦੋਂ ਚੇਤੇ ਆਇਆ ਵੀ ਮੈਂ ਤੇ ਰਾਜੇ ਦਾ ਪੁੱਤਰ ਆਂ ਦੇ ਰਾਜੇ ਦਾ ਪੁੱਤਰ ਹੋ ਕੇ ਮੈਂ ਇਨਾਂ ਭਿਖਾਰੀਆਂ ਵਿੱਚ ਕੀ ਕਰਨਾ ਪਿਆ ਜਦੋਂ ਸਮਝ ਆਈ ਉਹਨੇ ਆਪਣਾ ਲਿਬਾਸ ਵੇਖਿਆ ਉਹਨੂੰ ਆਪਣੇ ਆਪ ਤੇ ਬੜੀ ਘਰਨਾ ਆਈ ਵੀ ਹੈ ਤੂੰ ਰਾਜੇ ਦਾ ਪੁੱਤਰ ਬੈਠਾ ਤੂੰ ਭਿਖਾਰੀਆਂ ਵਿੱਚ ਮੰਗ ਕੇ ਖਾਣਾ ਪਿਆ ਇੱਕਦਮ ਉਹਦੀ ਸੂਰਤ ਨੇ ਜਦੋਂ ਪਲਟਾ ਖਾਦਾ ਉਹਨੂੰ ਆਪਣੇ ਘਰ ਦੀ ਸਮਝਾਈ ਉਹ ਦੌੜ ਕੇ ਆਪਣੇ ਰਾਜ ਮਹਿਲਾਂ ਵੱਲ ਚੱਲ ਪਿਆ ਘਰ ਗਿਆ ਸੋਹਣਾ ਲਿਬਾਸ ਤਨ ਤੇ ਪਾਇਆ ਸ਼ਾਹੀ ठाਠ ਬਾਠ ਦੇ ਨਾਲ ਚੱਲ ਕੇ ਉਹਨਾਂ ਭਿਖਾਰੀਆਂ ਦੇ ਕੋਲ ਪਹੁੰਚਿਆ ਤੇ ਉਹਨਾਂ ਭਿਖਾਰੀਆਂ ਨੂੰ ਆ ਕੇ ਕਹਿੰਦਾ ਭਲਿਓ ਸੱਚ ਹੈ ਤੁਸੀਂ ਜਿੰਨੇ ਹੋ ਸਾਰੇ ਆਪਣੀ ਸੁਰਤ ਵਿੱਚ ਧਿਆਨ ਮਾਰ ਕੇ ਵੇਖੋ ਕਿਤੇ ਸੱਚ ਇਹ ਤੇ ਨਹੀਂ ਕਿ ਤੁਸੀਂ ਸਾਰੇ ਮੇਰੇ ਤਰ੍ਹਾਂ ਇਹ ਭੁੱਲੇ ਹੋਏ ਹੋ ਕਿ ਤੁਸੀਂ ਰਾਜਿਆਂ ਦੇ ਪੁੱਤਰ ਸੁਰਤ ਵਿੱਚ ਧਿਆਨ ਮਾਰੋ ਕਿਤੇ ਤੁਸੀਂ ਵੀ ਮੇਰੇ ਤਰ੍ਹਾਂ ਰਾਜਿਆਂ ਦੇ ਪੁੱਤਰ ਤੇ ਨਹੀਂ ਭਿਖਾਰੀ ਬਣ ਕੇ ਲੋਕਾਂ ਕੋਲੋਂ ਮੰਗਦੇ ਹੋ ਜੇ ਸੱਚ ਵਿੱਚ ਸਮਝ ਆ ਜਾਏ ਸਿਰਫ ਕਹਿਣ ਦਾ ਮਤਲਬ ਇਹ ਨਹੀਂ ਜਦੋਂ ਸਿੱਖ ਗੁਰੂ ਦੇ ਸ਼ਬਦ ਨਾਲੋਂ ਟੁੱਟ ਜਾਂਦਾ ਹੈ ਫਿਰ ਉਹ ਦਰ ਦਰ ਦਾ ਮੰਗਤਾ ਤੇ ਭਿਖਾਰੀ ਬਣ ਜਾਂਦਾ ਹੈ ਤੇ ਜਦਨ ਗੁਰੂ ਕਿਰਪਾ ਕਰਕੇ ਇਹਨੂੰ ਸੁਰਤ ਬਖਸ਼ਦਾ ਹੈ ਫਿਰ ਇਹਨੂੰ ਸਮਝ ਆਉਂਦੀ ਹੈ ਬਿਨੈ ਭਲਿਓ ਮੈਂ ਤੇ ਦੀਨ ਦੁਲੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉਪਾਸਕਾਂ ਮੇਰਾ ਦਾਤਾ ਮੇਰਾ ਮਾਲਕ ਸਰਬਤਰ ਨੂੰ ਦਾਤਾਂ ਦੇਣ ਵਾਲਾ ਸੱਚ ਵਿੱਚ ਜਿੱਦਣ ਸੂਰਤ ਟਿਕਾਣੇ ਤੇ ਆਈ ਉਹ ਦਿਨ ਸਮਝ ਆ ਗਈ ਮੈਂ ਭਿਖਾਰੀ ਨਹੀਂ ਮੈਂ ਅਸਲ ਵਿੱਚ ਰਾਜੇ ਦਾ ਪੁੱਤਰ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਸਾਬ ਕਹਿੰਦੇ ਨੇ ਤੇਰੇ ਅੰਦਰ ਕਾਹੇ ਦੇਵਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਾਬ ਕਹਿੰਦੇ ਨੇ ਕਿਤੇ ਦੂਰ ਨਹੀਂ ਉਹ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ ਬਸ ਜਿਦਨ ਸੂਰਤ ਟਿਕਾਨੇ ਤੇ ਆ ਗਈ ਉਦਨ ਸਮਝ ਆਨੀ ਇਸ ਸ਼ਬਦ ਵਿੱਚ ਸਾਬ ਨੇ ਕਿਰਪਾ ਕੀਤੀ ਇੱਕ ਦਾਤ ਮੰਗੀਏ ਦਾਤੇ ਦੇ ਚਰਣਾ ਵਿੱਚੋਂ ਕਿ ਮੇਰੇ ਮਾਲਕ ਮੈਨੂੰ ਇੱਕ ਘੜੀ ਵੀ ਵਿਸਰੇ ਨਾ ਫਿਰ ਬਚਨ ਕਹੇ ਮਿਲ ਸਖੀਆਂ ਪੁੱਛੈ ਕਹੋ ਕੰਤ ਨਿਸ਼ਾਨੀ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਜੀਵ ਰੂਪੀ ਇਸਤਰੀ ਸਖੀਆਂ ਸਨ ਜਿਵੇਂ ਆਪ ਸੰਗਤ ਵਿੱਚ ਜੁੜ ਬੈਠੇ ਹੋ ਪਾਤਸ਼ਾਹ ਜੀ ਨੇ ਨਾ ਬਾਣੀ ਦੇ ਵਿੱਚ ਸਮੁੱਚੀ ਖਲਕਤ ਨੂੰ ਨਾ ਦਾਤਾਰ ਪਿਤਾ ਜੀ ਨੇ ਇੱਕ ਜੀਵ ਸਤਰੀ ਦੇ ਰੂਪ ਵਿੱਚ ਸੰਬੋਧਨ ਕੀਤਾ ਹੈ ਪਾਤਸ਼ਾਹ ਕਹਿੰਦੇ ਨੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ ਪਾਤਸ਼ਾਹ ਕਹਿੰਦੇ ਨੇ ਇੱਕ ਪੁਰਖ ਹੈ ਪ੍ਰਮਾਤਮ ਅਕਾਲ ਪੁਰਖ ਆਪਾਂ ਜਿੰਨੇ ਆ ਨਾ ਸਾਰੇ ਉਸ ਪੁਰਖ ਦੀਆਂ ਨਾਰਾਂ ਪਰ ਪਾਤਸ਼ਾਹ ਜੀ ਨੇ ਕਿੰ ਬਾਣੀ ਵਿੱਚ ਨਾ ਬੜੇ ਪਿਆਰੇ ਬਚਨ ਜਦੋਂ ਇਸ ਜੀਵ ਇਸਤਰੀਆਂ ਗੁਰੂ ਚਰਨਾਂ ਵਿੱਚ ਜੁੜਦੀਆਂ ਨੇ ਵੇਖੋ ਸੰਸਾਰਿਕ ਤੌਰ ਤੇ ਨਾ ਕਿਸੇ ਦੇ ਘਰ ਵਿੱਚ ਬਹੁਤ ਸੁੱਖ ਹੋਵੇ ਤੇ ਜਦੋਂ ਕਿਤੇ ਆਂਡ ਨਾ ਗਵੰਡ ਨਾ ਆਪਸ ਵਿੱਚ ਮਿਲ ਕੇ ਬੈਂਧੀਆਂ ਨੇ ਫਿਰ ਉਹ ਦੂਜੇ ਦੇ ਘਰ ਦੀ ਪਰਚੋਲ ਕਰਦੀਆਂ ਨੇ ਉਹਨੂੰ ਪਤਾ ਲੱਗਾ ਵੀ ਉਹਦੇ ਘਰ ਵਿੱਚ ਬਹੁਤ ਖੁਸ਼ੀਆਂ ਨੇ ਖੇੜੇ ਨੇ ਤੇ ਉਹ ਆਪਣੇ ਵੱਲ ਧਿਆਨ ਮਾਰਦੀ ਮੇਰੇ ਘਰ ਵਿੱਚ ਉਤੇ ਕਲੇਸ਼ ਹੀ ਕੋਈ ਨਹੀਂ ਮੁੱਕਦੇ ਮੈਂ ਕੀ ਕਰਾਂ ਉਹਦੇ ਅੰਦਰ ਨੇ ਆਵਾਜ਼ ਮਾਰੀ ਕਰਨਾ ਕੀ ਤੂੰ ਇਹਨੂੰ ਪੁੱਛ ਵੀ ਇਹਦੇ ਘਰ ਵਿੱਚ ਇੰਨੇ ਸੁੱਖ ਕਿਉਂ ਨੇ ਤੇ ਉਹਨੇ ਫਿਰ ਉਹ ਸੁਹਾਗਣ ਨੇ ਦੂਜੀ ਨੂੰ ਪੁੱਛਿਆ ਵੀ ਤੇਰੇ ਘਰ ਵਿੱਚ ਇੰਨੇ ਸੁੱਖ ਕਿਉਂ ਬੜੇ ਪਿਆਰੇ ਬਚਨ ਨੇ ਸਤਿਗੁਰ ਦੀ ਪਾਵਨ ਬਾਣੀ ਦੇ ਪਾਤਸ਼ਾਹ ਕਹਿੰਦੇ ਨੇ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਉਹ ਕਿਹੜੇ ਗੁਣ ਨੇ ਜਿਨ੍ਹਾਂ ਗੁਣਾਂ ਨੂੰ ਤੁਸੀਂ ਧਾਰਨ ਕੀਤਾ ਤੇ ਤੁਹਾਨੂੰ ਆਪਣੇ ਪਤੀ ਪਰਮਾਤਮਾ ਦਾ ਪਿਆਰ ਮਿਲਿਆ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਕੀ ਜਵਾਬ ਮਿਲਿਆ ਕਹਿੰਨ ਲਗੀ ਸਹਿਜ ਸੰਤੋਖ ਸ਼ਿੰਗਾਰੀਆਂ ਅਸੀਂ ਆਪਣੇ ਆਪ ਨੂੰ ਸਹਿਜ ਦੇ ਅੰਦਰ ਆਤਮਕ ਅਡੋਲਤਾ ਦੇ ਅੰਦਰ ਸੰਤੋਖ ਦੇ ਅੰਦਰ ਅਸੀਂ ਇਹਨਾਂ ਨੂੰ ਸਹਿਜ ਨੂੰ ਸੰਤੋਖ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਧਿਆਨ ਦੇਣਾ ਸਾਥ ਸੰਗਤ ਬਾਹਰ ਦੇ ਅਡੰਬਰ ਕਦੀ ਵੀ ਮਨੁੱਖ ਨੂੰ ਧਰਮ ਦੀ ਅਸਲ ਪਰਿਭਾਸ਼ਾ ਨਾਲ ਨਹੀਂ ਜੋੜਦੇ ਮਨੁੱਖ ਅਸਲ ਵਿੱਚ ਧਰਮ ਨਾਲ ਉਦੋਂ ਜੁੜਦਾ ਹੈ ਜਦੋਂ ਅਡੰਬਰਾਂ ਤੋਂ ਉੱਤੇ ਉੱਠ ਕੇ ਤੇ ਸਿਰਫ ਤੇ ਸਿਰਫ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੇ ਮੈਂ ਜਿਹੜੀ ਬੇਨਤੀ ਕਰਨੀ ਸ਼ਬਦ ਵਿੱਚ ਸਾਬ ਜੀ ਨੇ ਬਚਨ ਕਹੇ ਮਿਲ ਸਖੀਆਂ ਪੁੱਛੈ ਪੁੱਛਦੀਆਂ ਨੇ ਸਖੀਆਂ ਮਿਲ ਕੇ ਇੱਕ ਦੂਜੀ ਨੂੰ ਕੀ ਕਹਿੰਦੀਆਂ ਨੇ ਕਹੋ ਕੰਤ ਨਿਸ਼ਾਨੀ ਮੈਨੂੰ ਦੱਸੋ ਵੀ ਕੰਤ ਨੂੰ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ ਵੀ ਕਿਵੇਂ ਉਸ ਦਾਤੇ ਨੂੰ ਮਿਲਿਆ ਜਾਏ ਕਿਵੇਂ ਉਸ ਪਰਮਾਤਮਾ ਦੇ ਨਾਲ ਸਾਂਝ ਬਣਾਈ ਜਾਏ ਤੇ ਅੱਗੋਂ ਜਵਾਬ ਮਿਲਿਆ ਰਸ ਪ੍ਰੇਮ ਭਰੀ ਧਿਆਨ ਦੇ ਆਜੇ ਸ਼ਬਦ ਬੜੇ ਪਿਆਰੇ ਰਸ ਪ੍ਰੇਮ ਭਰੀ ਪਾਤਸ਼ਾਹ ਜੀ ਕਹਿੰਦੇ ਨੇ ਕਛ ਬੋਲ ਨਾ ਜਾਣੀ ਜਿੰਨੂੰ ਪੁੱਛਿਆ ਉਹਨੇ ਜਵਾਬ ਦਿੱਤਾ ਕਹਿਣ ਲੱਗੇ ਮੇਰਾ ਅੰਦਰ ਪਰੀਪੂਰਨ ਪਰਮਾਤਮਾ ਦੇ ਨਾਮ ਰਸ ਦੇ ਨਾਲ ਭਰਿਆ ਪਿਆ ਪਰਮਾਤਮਾ ਦੇ ਪ੍ਰੇਮ ਦੇ ਨਾਲ ਰੱਬੀ ਪ੍ਰੇਮ ਦੇ ਮਿਲਾਪ ਦੇ ਨਾਲ ਮੇਰਾ ਅੰਦਰ ਭਰਿਆ ਹੈ ਤੇ ਨਾਲ ਬਚਨ ਕੇ ਕਹ ਲਗੇ ਜਦੋਂ ਰੱਬ ਦੇ ਪ੍ਰੇਮ ਦੇ ਨਾਲ ਪਰੀਪੂਰਨ ਪਰਮਾਤਮਾ ਦੇ ਰੱਬੀ ਗੁਣਾਂ ਦੇ ਰਸ ਨਾਲ ਅੰਦਰ ਭਰ ਜਾਏ ਫਿਰ ਕਹਿੰਦੇ ਬੋਲ ਨਾ ਕਛ ਬੋਲ ਨਾ ਜਾਣੀ ਉਹ ਕਹਿੰਦੀ ਹੁਣ ਮੈਂ ਤੈਨੂੰ ਕੀ ਦੱਸਾਂ ਮੇਰੇ ਪਰਮਾਤਮਾ ਦੇ ਬਾਰੇ ਮੇਰੇ ਰੱਬ ਦੇ ਬਾਰੇ ਸੱਚ ਇਹ ਜਦੋਂ ਉਹਦੇ ਨਾਲ ਮਿਲਾਪ ਹੁੰਦਾ ਹੈ ਉਦੋਂ ਬੋਲ ਹੀ ਖਤਮ ਹੋ ਜਾਂਦੇ ਨੇ ਉਹ ਦੁਨੀ ਦੱਸਿਆ ਜਾ ਸਕਦਾ ਕਿਹੋ ਜ ਹੈ ਤਾਂ ਹੀ ਸੱਭ ਨੇ ਬਾਣੀ ਵਿੱਚ ਆਖਿਆ ਪਾਤਸ਼ਾਹ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸਹਿ 부ਝਾਏ ਨਾਨਕਾ ਜਿਸ ਹੋਵੇ ਉਹਦੀ ਸੂ ਪਰਸੰਤਾ ਤੋਂ ਬਿਨਾ ਨਹੀਂ ਇੱਕ ਸ਼ਬਦ ਹੁੰਦਾ ਹੈ ਪ੍ਰਸੰਨਤਾ ਖੁਸ਼ੀ ਸੂ ਪਰਸੰਨਤਾ ਬਹੁਤ ਖੁਸ਼ੀ ਹੋਵੇ ਉਸ ਪਰਮਾਤਮਾ ਦੀ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਫਿਰ ਉਹਦੇ ਸ਼ਬਦ ਵਿੱਚ ਜੁੜ ਕੇ ਇਸ ਆਨੰਦ ਨੂੰ ਮਾਣਿਆ ਜਾ ਸਕਦਾ ਹੈ ਤਾਂ ਹੀ ਅਗੋ ਜੀ ਵਿਸਤਰੀ ਨੇ ਜਵਾਬ ਦਿੱਤਾ ਨਾ ਕਿ ਰਸ ਪ੍ਰੇਮ ਭਰੀ ਮੇਰਾ ਅੰਦਰ ਪ੍ਰਮਾਤਮਾ ਦੇ ਰੱਬੀ ਗੁਣਾ ਦੇ ਰਸ ਨਾਲ ਭਰ ਗਿਆ ਹੈ ਮੇਰੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਨਕਾ ਨਕ ਪਰ ਗਿਆ ਹੈ ਹੁਣ ਪਾਤਸ਼ਾਹ ਜੀ ਦੇ ਬਾਬਤ ਕਹਿੰਦੀ ਕਛ ਬੋਲ ਨਾ ਜਾਣੀ ਮੇਰੇ ਕੋਲ ਸ਼ਬਦ ਹੀ ਨਹੀਂ ਮੈਂ ਵੀ ਰੱਬ ਦੀ ਇਬਾਦਤ ਕਰਨ ਵਾਲੀ ਕਹਿੰਦੀ ਮੈਂ ਕੀ ਦੱਸਾਂ ਤੈਨੂੰ ਵੀ ਹੁੰਦਾ ਰੂਪ ਕਿ ਹੋ ਜਿਉਂਦਾ ਰੰਗ ਕਿ ਹੋ ਜਿਉਂਦੀ ਬੰਤਰ ਕਿ ਹੋ ਜੀਏ ਸੱਚ ਹੈ ਗੁਰਮਖੋ ਇਹ ਤੇ ਜਿਹੜੀ ਚੱਲਦੀ ਹੈ ਨਾ ਜਿਹੜੀ ਇੱਥੇ ਪਹੁੰਚ ਗਈ ਏ ਵੇਖੋ ਕਹਿਣ ਵਾਲੇ ਕਥਨ ਵਾਲੇ ਬੜੇ ਨੇ ਮੇਰੇ ਵਰਗੇ ਪਰ ਸੱਚ ਹੈ ਇਹ ਉਹ ਆਨੰਦ ਹੈ ਜਿਹੜਾ ਮਿਲਿਆਂ ਤੋਂ ਬਿਨਾ ਸਮਝ ਵਿੱਚ ਆਉਂਦਾ ਹੀ ਨਹੀਂ ਸਤਗੁਰ ਨੇ ਬਾਣੀ ਵਿੱਚ ਆਖਿਆ ਨਾ ਪਾਤਸ਼ਾਹ ਕਹਿੰਦੇ ਨੇ ਹਕੀਕਤ ਤੇ ਹੈ ਮਿਲਿਆ ਮਿਲਿਆ ਨਾ ਮਿਲਿਆ ਮਿਲੇ ਮਿਲਿਆ ਜੇ ਹੋਏ ਸਤਿਗੁਰ ਕਹਿੰਦੇ ਨੇ ਬਾਹਰੀ ਤੌਰ ਤੇ ਕੋਈ ਲੱਖ ਦਾਅਵੇ ਕਰੀ ਜਾਏ ਮੈਂ ਮਿਲ ਗਿਆ ਮੈਂ ਮਿਲ ਗਿਆ ਪਰ ਪਾਤਸ਼ਾਹ ਕਹਿੰਦੇ ਨੇ ਬਾਹਰੀ ਤੌਰ ਤੇ ਬੋਲਣ ਨਾਲ ਮਿਲਾਪ ਨਹੀਂ ਹੁੰਦਾ ਮਿਲਾਪ ਉਹ ਦਿਨ ਹੋਣੇ ਸਤਿਗੁਰ ਕਹਿੰਦੇ ਨੇ ਜਦਨ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਗੁਰੂ ਦੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰ ਦੇਗਾ ਜਦਨ ਸਮਝ ਆ ਜਾਏਗੀ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਹੈ ਉਹ ਦਿਨ ਫਿਰ ਸ਼ਬਦ ਮੁੱਕ ਜਾਂਦੇ ਨੇ ਸ਼ਬਦਾਂ ਦੇ ਅੰਦਰ ਬੰਦੇ ਕੋਲ ਬੇਸ਼ੱਕ ਲੱਖ ਸੰਸਾਰ ਦੇ ਸ਼ਬਦ ਹੋਣ ਉਹਦਾ ਉਹਦੇ ਕੋਲ ਸੰਸਾਰ ਦੀ এডਿਕੇਸ਼ਨ ਵਿਦਿਆ ਗਿਆਨ ਬਹੁਤ ਹੋਵੇ ਪਰ ਸਾਬ ਕਹਿੰਦੇ ਨੇ ਇੱਥੇ ਜਾ ਕੇ ਫਿਰ ਉਹ ਕਹਿੰਦੀ ਜੀਵ ਇਸਤਰੀ ਨਹੀਂ ਮੇਰੇ ਕੋਲ ਉਹ ਸ਼ਬਦ ਕੋਈ ਨਹੀਂ ਮੈਂ ਕਿਵੇਂ ਦੱਸਾਂ ਦੀ ਰੱਬ ਦੇ ਉਸ ਪਰਮਾਤਮਾ ਦੀ ਕਿਹੋ ਜਿਹੀ ਨਿਸ਼ਾਨੀ ਉਹਨੂੰ ਮਿਲਣ ਦੀ ਫਿਰ ਪਾਤਸ਼ਾਹ ਕਹਿੰਦੇ ਨੇ ਗੁਣ ਗੂੜ ਗੁਪਤ ਅਪਾਰ ਕਰਤੇ ਜਿਹੜੇ ਕਰਤੇ ਦੇ ਗੁਣ ਨੇ ਨਾ ਜੀਵ ਸ੍ਰੀ ਕਹਿੰਦਿਓ ਬਹੁਤ ਗੂੜ ਨੇ ਧਿਆਨ ਦੇਣਾ ਸ਼ਬਦ ਗੂੜ ਦਾ ਮਤਲਬ ਹੈ ਬਹੁਤ ਡੂੰਗੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇ ਅੰਦਰ ਜਾਣ ਵਾਲਾ ਹੀ ਜਿਵੇਂ ਸਮੁੰਦਰ ਦੀ ਗਹਿਰਾਈ ਵਿੱਚ ਜਾਣ ਵਾਲੇ ਨੂੰ ਪਤਾ ਲੱਗਦਾ ਹੈ ਵੀ ਸਮੁੰਦਰ ਦੀ ਗਹਿਰਾਈ ਕਿੰਨੀ ਕੁ ਹੈ ਇਹਦੇ ਅੰਦਰ ਕੀ ਕੁਝ ਹੈ ਇਸੇ ਤਰ੍ਹਾਂ ਜਿਦੋਂ ਕੋਈ ਸੁਰਤ ਦੇ ਤਲ ਨਾਲ ਗੁਰੂ ਦੇ ਸ਼ਬਦ ਦੀ ਗਹਿਰਾਈ ਵਿੱਚ ਜਾਂਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਵੀ ਮੇਰੇ ਮਾਲਕ ਜੀ ਤੁਸੀਂ ਕਿੰਨੇ ਕੁ ਗੁਣਾ ਦੇ ਨਾਲ ਭਰੇ ਹੋਏ ਹੋ ਗੁਣ ਗੂੜ ਅਪਾਰ ਅਪਾਰ ਦਾ ਮਤਲਬ ਜਿੰਦਾ ਕੋਈ ਪਾਰ ਦਾ ਬਨਾਨੇ ਸਾਬ ਕਹਿੰਦੇ ਨੇ ਬੇਅੰਤ ਹੈ ਮੇਰਾ ਕਰਤਾ ਨਿਗਮ ਅੰਤ ਨਾ ਪਾਵੇ ਨਿਗਮ ਦਾ ਇਥੇ ਇੱਕ ਵਚਨ ਸ਼ਬਦ ਇਹਦਾ ਮਤਲਬ ਹੈ ਬੇਦ ਧਾਰਮਿਕ ਗ੍ਰੰਥ ਜਿਹੜੇ ਨੇ ਸਾਬ ਕਹਿੰਦੇ ਨੇ ਕੋਈ ਲੱਖ ਧਾਰਮਿਕ ਗ੍ਰੰਥ ਵੇਦ ਪੜ ਲਵੇ ਪਰ ਸਾਬ ਕਹਿੰਦੇ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਬਾਣੀ ਪੜੋ ਮੇਰੇ ਸਤਿਗੁਰ ਦੀ ਸਹ ਪਾਤਸ਼ਾਹ ਕਹਿੰਦੇ ਨੇ ਅੰਤ ਨਾ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਉ ਹਰ ਜਾਪ ਨਾ ਛੋਡੋ ਏਕ ਕਰੀ ਮथुरा जन को ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ ਸਾਹਿਬ ਕਹਿੰਦੇ ਨੇ ਅੰਤ ਨਹੀਂ ਪਾਇਆ ਜਾ ਸਕਦਾ ਉਹ ਦਾ ਅੰਤ ਕਿਵੇਂ ਪਾਵਾਂਗੇ ਜੀ ਜੋ ਹੈ ਹੀ ਬੇਅੰਤ ਸਾਹਿਬ ਨੇ ਬਾਣੀ ਵਿੱਚ ਗੱਲ ਹੀ ਮੁਕਾ ਦਿੱਤੀ ਸਾਹਿਬ ਕਹਿੰਦੇ ਨੇ ਜੋ ਹੈ ਹੀ ਬੇਅੰਤ ਬੇਅੰਤ ਦਾ ਮਤਲਬ ਵੀ ਇਹ ਜਿੰਦਾ ਅੰਤ ਕੋਈ ਨਹੀਂ ਗੁਰਦੇਵ ਪਿਤਾ ਜੀ ਕਹਿੰਦੇ ਨੇ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹਿ ਤੇ ਫਿਰ ਜਿਨ੍ਹਾਂ ਦੇ ਅੰਦਰ ਇਹ ਪਿਆਰ ਪੈਦਾ ਹੁੰਦਾ ਹੈ ਭਗਤ ਪਾਏ ਧਿਆਏ Swami ਉਹ ਸਤਗੁਰ ਦੀ ਭਗਤੀ ਦੇ ਵਿੱਚ ਆਪਣੇ ਮਾਲਕ ਦੇ ਚਰਨਾ ਦੇ ਨਾਲ ਪਿਆਰ ਪਾ ਕੇ ਸਦਾ ਨੂੰ ਧਿਆਉਂਦੇ ਨੇ ਸ਼ਬਦ ਸਮਝਿਓ ਭਗਤ ਭਾਏ ਜਿਨ੍ਹਾਂ ਨੇ ਭਗਤੀ ਦੇ ਅੰਦਰ ਪਿਆਰ ਬਣਾ ਲਿਆ ਜਿਨ੍ਹਾਂ ਦੀ ਸੁਰਤ ਵਿੱਚ ਪਰਮਾਤਮਾ ਦੇ ਗੁਣ ਟਿਕ ਗਏ ਸਹਿਬ ਕਹਿੰਦੇ ਨੇ ਉਹ ਫਿਰ ਸਦਾ ਆਪਣੇ ਮਾਲਕ ਨੂੰ ਧਿਆਉਂਦੇ ਨੇ ਉਹਨਾਂ ਦੀ ਨਿਗਾ ਵਿੱਚ ਫਿਰ ਗੁਰੂ ਸ੍ਰੇਸ਼ਟ ਹੁੰਦਾ ਹੈ ਸਭ ਤੋਂ ਉੱਚਾ ਹੁੰਦਾ ਹੈ ਧਿਆਨ ਦੇਣਾ ਉਹਨਾਂ ਨੂੰ ਫਿਰ ਕਿਸੇ ਦੀ ਕਾਣ ਨਹੀਂ ਹੁੰਦੀ ਉਹ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਤੇ ਖਿਆਲ ਕਰਿਓ ਅੱਜ ਉਸੇ ਚੜ੍ਹਦੀ ਕਲਾ ਦਾ ਪ੍ਰਤੀਕ ਦਾਦੇ ਨੇ ਜਿਦਨ ਬਾਬਾ ਬਗੇਲ ਸਿੰਘ ਜੀ ਨੇ 11 ਮਾਰਚ 1783 ਨੂੰ ਦਿੱਲੀ ਦੇ ਅੰਦਰ ਕਦਮ ਰੱਖਿਆ ਸੀ ਤੇ ਅੱਜ ਦੇ ਦਿਨ ਦਿੱਲੀ ਫਤਿਹ ਕੀਤੀ ਸੀ ਬਸ ਬਾਬਾ ਬਗੇਲ ਸਿੰਘ ਜੀ ਉਹਨਾਂ ਦੇ ਨਾਲ ਬਾਬਾ ਰਾਮ ਜੱਸਾ ਸਿੰਘ ਰਾਮ ਗੜੀਆ ਜੱਸਾ ਸਿੰਘ ਆਲੂ ਵਾਲਿਆ ਮੈਂ ਸਿਰਫ ਇੱਕ ਬਚਨ ਕਹਿਣਾ ਮੈਂ ਉਸ ਸਮੁੱਚੇ ਇਤਿਹਾਸ ਵੱਲ ਨਹੀਂ ਜਾਣਾ ਉਹ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਸਿੰਘ ਦਾਖਲ ਹੋਏ ਇਹ ਤੇ ਸ਼ਾ ਆਲਮ ਦੂਜਾ ਜਿਹੜਾ ਹੈ ਉਹ ਲਾਲ ਕਿਲੇ ਦੇ ਤਖਤ ਤੇ ਕਬਜ਼ੇ ਸੀ ਧਿਆਨ ਦੇਣਾ ਇਹ ਤਖਤ ਤੇ ਤਾऊस ਉਹ ਤਾਕਤ ਸੀ ਜਿੰਦੇ ਤੇ ਬੈਠ ਕੇ ਬਹੁਤ ਐਸੇ ਫਰਮਾਨ ਲਾਏ ਇੰਦੇ ਤੇ ਬੈਠ ਕੇ ਹੀ ਲਾਲ ਕਿਲੇ ਦੇ ਅੰਦਰ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਧੜ ਸਰੀਰ ਨਾਲੋਂ ਕਲਮ ਕਰਨ ਦੀ ਗੱਲ ਆਖੀ ਸੀ ਜਿੱਥੇ ਜਿਸ ਥਾਂ ਤੇ ਆਪ ਬੈਠੇ ਹੋ ਮੇਰੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਤਨ ਦੀ ਚਾਦਰ ਨਾਲ ਸਾਰੀ ਮਨੁੱਖਤਾ ਨੂੰ ਢੱਕਿਆ ਹੈ ਧਿਆਨ ਦੇਣਾ ਸਿਰਫ ਹਿੰਦ ਦੀ ਚਾਦਰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ ਜੇ ਹਿੰਦ ਦੀ ਚਾਦਰ ਆਖਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਤੁਸੀਂ ਬਹੁਤ ਛੋਟਾ ਕਰ ਦਿਓਗੇ ਨਹੀਂ ਮੇਰਾ ਗੁਰੂ ਸਰਬੱਤ ਰਮਨਤਾ ਦੇ ਪ੍ਰੇਮ ਦੀ ਗੱਲ ਕਰਦਾ ਹੈ ਇਕ ਇਨਸਾਨ ਇਕ ਧਰਮ ਇਕ ਫਿਰਕੇ ਨਾਲ ਜੁੜਨ ਦੀ ਗੱਲ ਨਹੀਂ ਕਰਦਾ ਗੁਰੂ ਗੁਰੂ ਤੇ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਮਾਨਸ ਕੀ ਜਾਤ ਸਬੈ ਇਕੈ ਪਹਿਚਾਨ ਬੋ ਮੇਰੇ ਸਾਹਿਬ ਤੇ ਕਿਹਾ ਨੇ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਵੇਖੋ ਗੁਰੂ ਨੇ ਕਿਰਪਾ ਕੀਤੀ ਤਰਸ ਕੀਤਾ ਸਾਡੇ ਸਾਰਿਆਂ ਤੇ ਇੰਨੀ ਉੱਚੀ ਮਾਨਸਿਕਤਾ ਗੁਰੂ ਨੇ ਦਿੱਤੀ ਹੈ ਸਾਹਿਬ ਕਹਿੰਦੇ ਨੇ ਕੋਈ ਆਵੇ ਇਹ ਗੱਲ ਚੇਤੇ ਰੱਖੀ ਜਿਹੜਾ ਸੱਚ ਨਾਲ ਜੁੜਨ ਆਇਆ ਹੈ ਉਹ ਭਾਵੇਂ ਕਿਸੇ ਧਰਮ ਦਾ ਹੈ ਕਿਸੇ ਮਸਜਬ ਦਾ ਹੈ ਕਿਸੇ ਵੀ ਫਿਰਕੇ ਦਾ ਹੈ ਮੇਰੇ ਸਤਿਗੁਰ ਨੇ ਉਹਨੂੰ ਗਲਵਕੜੀ ਵਿੱਚ ਲਿਆ ਹੈ ਬਾਬੇ ਨਾਨਕ ਦਾ ਹਿਰਦਾ ਬੜਾ ਵਿਸ਼ਾਲ ਹੈ ਸਾਤ ਸੰਗਤ ਇੱਥੇ ਸਤਿਗੁਰ ਨੇ ਕੁਝ ਨੇਥੋਂ ਤੱਕ ਮੇਰੇ ਸਹਬ ਨੇ ਬਾਣੀ ਵਿੱਚ ਆਖਿਆ ਮੇਰੇ ਮਾਲਕ ਨੇ ਕਿਰਪਾ ਕੀਤੀ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮੇਰੇ ਸਤਿਗੁਰ ਜੀ ਮੈਂ ਅਵਗਨਾ ਨਾਲ ਭਰੀ ਆਂ ਪਰ ਤਰਸ ਕਰੋ ਮੇਰੇ ਗੁਨਾਵਗਨਾ ਦੀ ਵਿਚਾਰ ਕਰੋਗੇ ਤੇ ਮੈਂ ਕਿਤੇ ਵੀ ਨਹੀਂ ਖੜਾਵਾਂਗਾ ਸਾਚੇ ਨਾ ਗੁਰਮਖੋ ਪਾਈ ਸਾਹਿਬ ਪਾਈ ਗੁਰਦਾਸ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੋਰ ਤੁਮਰੋ ਬਿਰਦ ਕਰ ਆਸਰੋ ਸਮਾਰੋ ਸਤਗੁਰ ਆਪਣੀ ਕਰਨੀ ਕਰਕੇ ਤੇ ਸ਼ਾਇਦ ਮੈਨੂੰ ਨਰਕ ਵਿੱਚ ਵੀ ਥਾਂ ਨਾ ਮਿਲੇ ਪਰ ਇਹ ਤੇਰੀ ਕਿਰਪਾ ਦਾਤਾ ਮੇਰੇ ਗੁਨਾ ਨੂੰ ਮੇਰੇ ਅਵਗੁਨਾ ਨੂੰ ਤੂੰ ਵਿਚਾਰਦਾ ਹੀ ਨਹੀਂ ਤੂੰ ਸਿਰਫ ਆਪਣੀ ਗਲਵਕੜੀ ਵਿੱਚ ਲੈਣਾ ਧਿਆਨ ਦੇਣਾ ਹੀ ਦਿੱਲੀ ਦੀ ਧਰਤੀ ਜਿਸ ਤਖਤ ਤੇ 타 ਉਸ ਤੇ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਫਰਮਾਨ ਹੋਏ ਜਿੱਥੇ ਬੈਠ ਕੇ अनेका ਸਿੰਘਾਂ ਦੀ ਸ਼ਹਾਦਤ ਦੇ ਫਰਮਾਨ ਹੋਏ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਜੱਸਾ ਸਿੰਘ ਆਲੂ ਵਾਲੀਆ ਇਸੇ ਤਖਤ ਦੀ ਸਿੱਲ ਨੂੰ ਆਪਣੇ ਨਾਲ ਪਾਵਨ ਹਰਮੰਦਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ ਸਨ ਇਹ ਬਹੁਤ ਵੱਡਾ ਇਤਿਹਾਸ ਹੈ ਤੁਹਾਡਾ ਸ਼ਾਨ ਮਤਾ ਇਤਿਹਾਸ ਹੈ ਜਿਹਨੂੰ ਹਰ ਸਿੱਖ ਨੂੰ ਚੇਤੇ ਰੱਖਣਾ ਚਾਹੀਦਾ ਜਦੋਂ 1765 ਤੋਂ ਲੈ ਕੇ ਤੇ 1787 ਤੱਕ ਸਿੰਘਾਂ ਨੇ 15 ਵਾਰ ਦਿੱਲੀ ਨੂੰ ਫਤਿਹ ਕੀਤਾ ਤੇ ਅੰ데 ਅੱਜ ਸਿੱਖ ਸੰਗਤ ਦੀ ਇਤਿਹਾਸ ਹੈ ਇਹ ਕੋਈ ਇਹ ਨਹੀਂ ਵੀ ਮੇਰੇ ਵੱਲੋਂ ਤੁਹਾਡੇ ਵੱਲੋਂ ਕੋਈ ਵੱਖਰੇ ਤੌਰ ਤੇ ਆਪਣੀ ਵਡਿਆਈ ਲਈ ਕੋ ਗੱਲਾਂ ਬਣਾ ਲਈਆਂ ਇਹ ਇਤਿਹਾਸ ਹੈ ਤੇ ਸੱਚ ਜਿਹੜਾ ਇਤਿਹਾਸ ਨੂੰ ਕਦੀ ਛੁੱਟਲਾਇਆ ਨਹੀਂ ਜਾ ਸਕਦਾ ਕੋਈ ਲੱਖ ਯਤਨ ਕਰ ਲਵੇ ਪਰ ਇਹ ਸਾਡੇ ਹਿਰਦਿਆਂ ਦੇ ਅੰਦਰ ਮੈਂ ਕਹਿੰਦਾ ਹਰ ਇਨਸਾਨ ਹਰ ਮਨੁੱਖ ਨੂੰ ਇਸ ਇਸ ਸ਼ਾਨਾਮਤ ਇਤਿਹਾਸ ਦੀ ਸਮਝ ਹੋਣੀ ਚਾਹੀਦੀ ਮੈਂ ਜਿਹੜੀ ਗੱਲ ਕਰਨੀ ਹੈ ਜਿੱਥੇ ਆਪਾਂ ਟਿਕਿਆ ਵੀ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵੇ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਹਨਾਂ ਦੇ ਜਿੰਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਪਿਆਰ ਟਿਕ ਜਾਂਦਾ ਹੈ ਧਿਆਨ ਦੇਣਾ ਜਦੋਂ ਸ਼ਾ ਆਲਮ ਦੂਜਾ ਉਹਦੇ ਨਾਲ ਜਦੋਂ ਸੰਤ ਗੱਲਬਾਤ ਉਹ ਸੰਧੀ ਹੋ ਗਈ ਇਸ ਗੱਲ ਤੇ ਉੱਪਰ ਵਿਚਾਰਾਂ ਬਣ ਗਈਆਂ ਬੀ ਸਿੰਘ ਇਥੇ 8 ਮਹੀਨੇ 9 ਮਹੀਨੇ ਤੱਕ ਰਹੇ ਸੰਬਾਬਾ ਬਗੇਲ ਸਿੰਘ ਜੀ ਨਾਲ ਚਾਰ ਆਧਾਰ ਸਿੰਘਾਂ ਦੇ ਜਿਹੜੇ ਗੁਰੂ ਘਰ ਸਨ ਤਕਰੀਬਨ ਸੱਤ ਗੁਰੂ ਘਰਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਜਿਨ੍ਹਾਂ ਦੇ ਨਿਸ਼ਾਨਦੇਹੀ ਕਰਕੇ ਉਹਨਾਂ ਨੇ ਗੁਰੂ ਘਰਾਂ ਦੀ ਉਸਾਰੀ ਕੀਤੀ ਆਪਣੀਆਂ ਸ਼ਰਤਾਂ ਤੇ ਜਦੋਂ ਇਸ ਤਾਕਤ ਨੂੰ ਜਿਹਨੂੰ ਜਿੱਤਿਆ ਸੀ ਵਾਪਸ ਸ਼ਾਹ ਆलम ਦੂਜੇ ਨੂੰ ਕੀਤਾ ਪਰ ਜਦੋਂ ਸ਼ਾਹ ਆलम ਨੇ ਗੱਲ ਕੀਤੀ ਨਾ ਬਾਬਾ ਬਗੇਲ ਸਿੰਘ ਨੂੰ ਵੀ ਮੈਂ ਤੁਹਾਨੂੰ ਮਿਲਣਾ ਚਾਹਨਾ ਬਾਬਾ ਬਗੇਲ ਸਿੰਘ ਨੇ ਕਿਹਾ ਵੀ ਅਸੀਂ ਤੁਹਾਨੂੰ ਨਹੀਂ ਮਿਲ ਸਕਦੇ ਜੇ ਮਿਲਣਾ ਹੈ ਤੇ ਤੁਹਾਨੂੰ ਇੱਥੇ ਕਹਿੰਦਾ ਨਹੀਂ ਤੁਸੀਂ ਮੈਨੂੰ ਮਿਲਣ ਆਓ ਬਾਬਾ ਬਗੇਲ ਸਿੰਘ ਕਹਿਣ ਲੱਗੇ ਜੀ ਅਸੀਂ ਆਵਾਂਗੇ ਤੇ ਤੁਸੀਂ ਕਹਿਣਾ ਵੀ ਤੁਹਾਡੇ ਦਰਬਾਰ ਵਿੱਚ ਆਣ ਵਾਲਾ ਤੁਹਾਨੂੰ ਸਿਰ ਝੁਕਾਏ ਸਾਡਾ ਸਿਰ ਇੱਕ ਅਕਾਲ ਤੋਂ ਬਿਨਾ ਕਿਸੇ ਦੇ ਅੱਗੇ ਨਹੀਂ ਝੁਕਦਾ ਕਹਿਣ ਲੱਗੇ ਤੁਸੀਂ ਕਹਿਣਾ ਆਪਣੇ ਤਨ ਦੇ ਸ਼ਸਤਰ ਲਾ ਕੇ ਆਓ ਕਿਉਂਕਿ ਜਿਹੜਾ ਬਾਦਸ਼ਾਹ ਦੇ ਅੱਗੇ ਜਾਂਦਾ ਹੈ ਉਹਨੂੰ ਆਪਣੇ ਸਰੀਰ ਤੇ ਸ਼ਸਤਰ ਪਾਣ ਦੀ ਇਜਾਜ਼ਤ ਨਹੀਂ ਅਸੀਂ ਸ਼ਸਤਰਾਂ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਤੇ ਉਹਨਾਂ ਨੇ ਕਿਹਾ ਸੀ ਨਹੀਂ ਤੁਸੀਂ ਜਿਵੇਂ ਚਾਹੋ ਉਵੇਂ ਆ ਸਕਦੇ ਹੋ ਧਿਆਨ ਦਿਹਾਜੇ ਬਾਬਾ ਬਕੀਲ ਸਿੰਘ ਜੀ ਹਾਥੀ ਤੇ ਬੈਠ ਕੇ ਲਾਲ ਕਿਲੇ ਦੇ ਅੰਦਰ ਦਾਖਲ ਹੋਏ ਸਨ ਤੇ ਜਦੋਂ ਉਹ ਹਾਥੀ ਦੇ ਉੱਪਰ ਬੈਠ ਕੇ ਲਾਲ ਕਿਲੇ ਤੱਕ ਪਹੁੰਚੇ ਅੱਗੋਂ ਘੋੜਾ ਤਿਆਰ ਸੀ ਘੋੜੇ ਤੇ ਬਹਿ ਕੇ ਅੰਦਰ ਜਿੱਤੇ ਤਖਤ ਤੇ ਸ਼ਾ ਆलम ਬਿਠਾ ਸੀ ਉੱਥੋਂ ਤੱਕ ਗਏ ਤੇ ਜਦੋਂ ਅੱਗੇ ਗਏ ਤੇ ਸ਼ਾ ਆलम ਦੇ ਦਰਬਾਰ ਦੇ ਵਿੱਚ ਅੱਗੇ ਜਾਂਦਾ ਹੋਇਆ ਜਿਹੜਾ ਅਹਲਕਾਰ ਸੈਨਿਕ ਸੀ ਜਿਵੇਂ ਇੱਕ ਬਾਦਸ਼ਾਹ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ ਤੇ ਸਾਰੇ ਸਿਰ ਝੁਕਾ ਕੇ ਬਾਦਸ਼ਾਹ ਨੂੰ ਕਹਿੰਦੇ ਨੇ ਵੀ ਸਾਵਧਾਨ ਕਿ ਬਾਦਸ਼ਾਹ ਦਰਬਾਰ ਵਿੱਚ ਆਇਆ ਹੈ ਉਸ ਵਕਤ ਤੇ ਬਚਨ ਕਹੇ ਸਨ ਕਿ ਜਿੰਨੇ ਤੁਸੀਂ ਬੈਠੇ ਹੋ ਸਾਰੇ ਸਾਵਧਾਨ ਹੋ ਜਾਓ ਬਾਬਾ ਬਗੇਲ ਸਿੰਘ ਜੀ ਪਵ ਕਾਲ사 ਜਿਹੜਾ ਦਰਬਾਰ ਦੇ ਅੰਦਰ ਸ਼ਾਮਲ ਹੋਇਆ ਹੈ ਸਾਰਿਆਂ ਦੇ ਸਿਰ ਝੁਕੇ ਸਨ ਬਾਬਾ ਬਗੇਲ ਸਿੰਘ ਜੀ ਅੰਦਰ ਦਾਖਲ ਹੋਏ ਖਿਆਲ ਕਰਿਓ ਉਹਨਾਂ ਘੋੜੇ ਤੋਂ ਉਤਰਦਿਆਂ ਬੋਲੇ ਸੋਨਿਹਾਲ ਦਾ ਜਕਾਰਾ ਛੜਿਆ ਤੇ ਜਿਹੜਾ ਸ਼ਾ আলম ਸੀ ਉਹਨੇ ਆਪਣੇ ਦਰਬਾਰੀਆਂ ਨੂੰ ਕਿਹਾ ਕਹਿੰ ਲੱਗੇ ਇਸ ਜਕਾਰੇ ਦਾ ਜਵਾਬ ਦਿਓ ਉਸ ਦਿਨ ਮੁਗਲਾਂ ਦੇ ਤਖਤ ਦੇ ਅੰਦਰ ਬੈਠੇ ਹੋਏ ਸ਼ਾ ਆलम ਉਹਦੇ ਸਾਹਮਣੇ ਫਿਰ ਬੋਲੇ ਸੋਨਿਹਾਲ ਦੇ ਜਕਾਰੇ ਗੂੰਜੇ ਤੇ ਗਜ਼ਾਨ ਵਾਲੇ ਵੀ ਮੁਗਲ ਸਨ ਧਿਆਨ ਦੇਣਾ ਇਹ ਗੁਰੂ ਦੀ ਭਾਇ ਜਦੋਂ ਪਗਤ ਪਾਏ ਵਿੱਚ ਕੋ ਜੁੜਦਾ ਨਾ ਫਿਰ ਉਹ ਕਿਵੇਂ ਆਪਣਾ ਆਪਾ ਗੁਰੂ ਨੂੰ ਸੌਂਪਦਾ ਤੇ ਗੁਰੂ ਉਹਨੂੰ ਕਿਸ਼ ਮੁਕਾਮ ਤੇ ਲੈ ਕੇ ਜਾਂਦਾ ਹੈ ਇਹ ਕੋਈ ਅਤ ਕਥਨੀ ਨਹੀਂ ਨਹੀਂ ਸਾਧ ਸੰਗਤ ਜੀ ਇਹ ਤੇ ਮੇਰੇ ਸਤਿਗੁਰੂ ਦੀਆਂ ਰਹਿਮਤਾਂ ਨੇ ਜਿਦਣ ਜਕਰੀਆਂ ਖਾਂ ਵਰਗਿਆਂ ਨੇ ਫਰਕ ਸ਼ਿਰ ਵਰਗਿਆਂ ਨੇ ਲੱਖ ਜਤਨ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਡੁਲਾ ਸਕੇ ਤੇ ਸਮਾ ਜਿਦਣ ਆਇਆ ਉਹਨਾਂ ਨੇ ਵੇਖਿਆ ਸੰਸਾਰ ਦੇ ਅੰਦਰ ਅਸੀਂ ਲੱਖ ਜਤਨ ਕਰਕੇ ਵੇਖ ਲਏ ਫਿਰ ਮੁੜ ਕੇ ਖਿੱਲਤ ਪੇ ਜੀਸੀ ਦਰਬਾਰ ਵਿੱਚ ਇਹਨਾਂ ਸਿੱਖਾਂ ਦੇ ਨਾਲ ਸੰਧੀ ਕਰ ਲੋ ਇਸ ਤੋਂ ਵੱਡੀ ਇਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਜਿੱਤਿਆ ਜਾ ਹੀ ਨਹੀਂ ਸਕਦਾ ਸੋਚ ਇਹੀ ਸੀ ਵੀ ਕੁਝ ਪਰਗਣੇ ਦੇਾਂਗੇ ਇਹਨਾਂ ਨੂੰ ਕੋਈ ਪੈਸੇ ਦਾ ਲਾਲਚ ਦੇਾਂਗੇ ਸ਼ਾਇਦ ਹੋ ਸਕਦਾ ਹੈ ਇਹਨਾਂ ਦੇ ਵਿੱਚ ਕੋਈ 파ੜ ਪੈ ਜਾਏ ਪਰ ਸੱਚ ਜਾਣਿਓ ਗੁਰਮਖੋਹ ਕਿੰਨੇ ਦਿਨ ਭੇਜੀ ਹੋਈ ਨਵਾਬੀ ਦੀ ਖਿੱਲਤ ਜੋੜਿਆਂ ਦੇ ਵਿੱਚ ਪਈ ਰਹੀ ਪਰ ਨਵਾਬ ਕਪੂਰ ਸਿੰਘ ਨੇ ਜਿਹਨੂੰ ਸਿੱਖਾਂ ਨੇ ਸਰਬਸੰਮਤੀ ਦੇ ਨਾਲ ਇਹ ਨਵਾਬੀ ਦਿੱਤੀ ਪਰ ਨਵਾਬੀ ਲੈਣ ਤੋਂ ਬਾਅਦ ਵੀ ਜਿੰਦੇ ਅੰਦਰ ਭਗਤ ਭਾਏ ਸੀ ਉਹਨੇ ਆਖਿਆ ਨਵਾਬੀ ਪੰਜਾਂ ਪਿਆਰਿਆਂ ਦੇ ਪੈਰਾਂ ਨੂੰ ਸ਼ੁਹਾ ਕੇ ਮੈਂ ਆਪਣੇ ਨਾਮ ਰੱਖਾਂਗਾ ਤੇ ਨਾਲ ਬਚਨ ਕਿਹਾ ਸੀ ਵੀ ਸਿਰਫ ਨਵਾਬੀ ਨਹੀਂ ਕਹਨ ਲੱਗੇ ਵੀ ਚੇਤੇ ਰੱਖਿਓ ਕੱਲ ਨੂੰ ਇਹ ਨਾ ਆਖਿਓ ਨਵਾਬ ਕਪੂਰ ਸਿੰਘ ਹੁਣ ਨਵਾਬ ਬਣ ਗਿਆ ਤੇ ਇਹ ਨਵਾਬੀ ਲੈਣ ਤੋਂ ਬਾਅਦ ਤੁਸੀਂ ਮੇਰੀ ਸੇਵਾ ਨੂੰ ਜਿਹੜੀ ਸੇਵਾ ਮੈਂ ਨਿਭਾਣਾ ਤੁਸੀਂ ਆਖੋ ਵੀ ਨਵਾਬ ਬਣ ਕੇ ਹੁਣ ਸੇਵਾ ਛੱਡ ਦਿਓ ਕਰ ਲੱਗੇ ਨਹੀਂ ਜਿਹੜੇ ਘੋੜਿਆਂ ਨੂੰ ਖਰਖਰਾ ਕਰਨ ਘੋੜਿਆਂ ਦੀ ਲਿੱਦ ਸੁਟਣ ਦੀ ਸੇਵਾ ਸੰਗਤਾਂ ਨੂੰ ਪੱਖੇ ਦੀ ਸੇਵਾ ਇਹ ਸੇਵਾ ਮੈਂ ਕਦੇ ਨਹੀਂ ਛੱਡ ਸਕਦਾ ਖਾਲਸਾ ਜੀ ਬੇਸ਼ੱਕ ਤੁਸੀਂ ਮੈਨੂੰ ਕਹੋ ਵੀ ਨਵਾਬ ਨੂੰ ਕਪੂਰ ਸਿੰਘ ਨੂੰ ਵੀ ਤੁਸੀਂ ਨਵਾਬੀ ਲੈ ਲਓ ਇਹ ਭਗਤ ਪਾਏ ਆ ਜੀ ਐਵੇਂ ਕੋਈ ਨਹੀਂ ਜੇ ਮਿਲਦੀ ਕਿਸੇ ਨੂੰ ਗੁਰੂ ਕਿਰਪਾ ਕਰਦਾ ਸਾਹਿਬ ਕਹਿੰਦੇ ਨੇ ਭਗਤ ਪਾਏ ਧਿਆਏ Swami ਸਦਾ ਹਰ ਗੁਣ ਗਾ ਫਿਰ ਉਹ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸਗਲ ਗੁਣ ਸੁ ਗਿਆਨ ਪੂਰਨ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਅੰਦਰ ਸਾਰੇ ਗੁਣ ਨੇ ਸਗਲ ਗੁਣ ਦਾ ਮਤਲਬ ਇਹ ਸਾਰੇ ਗੁਣ ਸੁ ਗਿਆਨ ਦਾ ਮਤਲਬ ਇਹ ਸ਼੍ਰੇਸ਼ਟ ਗਿਆਨ ਗਿਆਨ ਦੇ ਅੱਗੇ ਸੂ ਸ਼ਬਦ ਹੈ ਜਿਵੇਂ ਸੂ ਮਤ ਇੱਕ ਸ਼ਬਦ ਹੁੰਦਾ ਹੈ ਮਤ ਇੱਕ ਸ਼ਬਦ ਹੁੰਦਾ ਹੈ ਸੂ ਮਤ ਸੂ ਮਤ ਦਾ ਮਤਲਬ ਹੁੰਦਾ ਹੈ ਚੰਗੀ ਮਤ ਬਾਣੀ ਵਿੱਚ ਸ਼ਬਦ ਆਇਆ ਕੁਮਤ ਮਨ ਰੇ ਕੌਣ ਕੁਮਤ ਤੈ ਲੀਨੀ ਧੰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਕੁਮਤ ਸੂ ਮਤ ਦੇ ਅੱਗੇ ਮਤ ਦੇ ਅੱਗੇ ਕੂ ਲੱਗ ਗਿਆ ਤੇ ਭੈੜੀ ਮਤ ਹੋ ਗਈ ਸੂ ਮਤ ਲੱਗਾ ਤੇ ਚੰਗੀ ਮਤ ਹੋ ਗਈ ਸ਼ੁ ਗਿਆਨ ਪਾਤਸ਼ਾਹ ਕਹਿੰਦੇ ਨੇ ਜਿਹੜਾ ਸ੍ਰੇਸ਼ਟ ਗਿਆਨ ਹੈ ਪਰਮਾਤਮਾ ਦੇ ਦਰ ਦਾ ਸਗਲ ਗੁਣ ਸ਼ੁ ਗਿਆਨ ਪੂਰਨ ਉਹ ਪਰਮਾਤਮਾ ਸਾਰੇ ਗੁਣਾ ਦੇ ਨਾਲ ਭਰਿਆ ਹੋਇਆ ਤੇ ਪੂਰਨ ਹੈ ਆਪਣੇ ਪ੍ਰਭ ਭਾਣੀ ਤੇ ਸਾਬ ਕਹਿੰਦੇ ਨੇ ਉਹ ਜਿਹੜੀ ਜੀਵ ਇਸਤਰੀ ਫਿਰ ਆਪਣੇ ਪ੍ਰਭੂ ਦੇ ਭਾਣੇ ਵਿੱਚ ਆਪਣੇ ਪ੍ਰਭੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਬਹਿਤੀਤ ਕਰ ਦਈਏ ਇਹ ਧਿਆਨ ਦੇਣਾ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਦੱਸਦੀ ਏ ਕਿਵੇਂ ਮਿਲਿਆ ਜਾ ਸਕਦਾ ਹੈ ਪ੍ਰਭੂ ਨੂੰ ਬਾਹਰ ਮੁਖੀ ਦਿਖਾਵੇ ਨਾਲ ਨਹੀਂ ਇੱਕ ਧਿਆਨ ਰੱਖੀਏ ਗੱਲ ਗੁਰਮਖੋ ਗੁਰੂ ਨੇ ਨਾ ਬਾਣੀ ਵਿੱਚ ਦਿਖਾਵੇ ਦੀ ਗੱਲ ਕਿਤੇ ਵੀ ਨਹੀਂ ਆਖੀ ਸਭ ਨੇ ਤੇ ਬਚਨ ਆਖੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਪਾਤਸ਼ਾਹ ਕਹਿੰਦੇ ਨੇ ਵਿਸ਼ੀ ਸ਼ੋ ਨਾ ਪਾਈਐ ਕਰ ਕਰ ਵੇਸ਼ ਰਹੀ ਮੇਰੇ ਸਤਗੁਰ ਮੈਂ ਵੇਸ਼ਾਂ ਨਾਲ ਰੱਬ ਨੂੰ ਨਹੀਂ ਪਾ ਸਕੀ ਮੈਂ ਬੜੇ ਪਾਏ ਤੇ ਬੜੇ ਵੇਸ਼ ਲਾਏ ਵੇਸ਼ੀ ਸ਼ੋ ਨਾ ਪਾਈਏ ਕਰ ਕਰ ਵੇਸ਼ ਰਹੀ ਪਾਤਸ਼ਾਹ ਕਹਿੰਦੇ ਨੇ ਸੱਚੀ ਹੈ ਨਾਨਕ ਤਿੰਨੀ ਸ਼ੋ ਪਾਇਆ ਜਿੰਨੀ ਗੁਰ ਕੀ ਸਿੱਖ ਉਹਨਾਂ ਨੂੰ ਰੱਬ ਮਿਲਿਆ ਜਿਨੇ ਗੁਰੂ ਦੀ ਸਿੱਖਿਆ ਸੁਣ ਲਈ ਗ੍ਰਾਮਦਾਸ ਪਾਤਸ਼ਾਹ ਜੀ ਨੂੰ ਪੁੱਛੋ ਪਾਤਸ਼ਾਹ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਬਿਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਤਾਈਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਪਾਛਾ ਕਹਿੰਦੇ ਨੇ ਜਿਨੇ ਗੁਰੂ ਦੀ ਆਗਿਆ ਨੂੰ ਮੰਨ ਲਿਆ ਓਨ ਇੱਥੇ ਗੱਲ ਹੋ ਰਹੀ ਉਸ ਜੀਵ ਇਸਤਰੀ ਦੀ ਜਿਨੇ ਪੁੱਛਿਆ ਵੇਖੋ ਆਪਾਂ ਸਾਰੇ ਪੁੱਛਨੇ ਆ ਨਾ ਰੋਜ਼ ਗੁਰੂ ਦੇ ਚਰਨਾਂ ਵਿੱਚ ਆ ਕੇ ਸਤਗੁਰ ਮਿਲ ਜਾਓ ਬਸ ਕੋਈ ਕੋਈ ਜੁਗਤ ਬਣ ਜਾਏ ਅੱਜ ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਜੁਗਤ ਦੱਸਦੇ ਪਏ ਨੇ ਪਾਤਸ਼ਾਹ ਕਹਿੰਦੇ ਨੇ ਆ ਜੁਗਤ ਤੇ ਜੀ ਸਗਲ ਗੁਣ ਸੁ ਗਿਆਨ ਪੂਰਨ ਉਹ ਗੁਰੂ ਜਿਹੜਾ ਸਾਰੇ ਗੁਣਾ ਨਾਲ ਭਰਿਆ ਹੋਇਆ ਜਿੰਦੇ ਕੋਲੋ ਸ੍ਰੇਸ਼ਟ ਗਿਆਨ ਹੈ ਪੂਰਨ ਹੈ ਆਪਣੇ ਪ੍ਰਭ ਬਾਣੀ ਉਜੀਬਿ ਸਤਰੀ ਫਿਰ ਆਪਣੇ ਪ੍ਰਭੂ ਦੀ ਪੈ ਭਾਵਨੀ ਵਿੱਚ ਚਲਦੀ ਏ ਬਿਨਵੰਤ ਨਾਨਕ ਰੰਗ ਰਾਤੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਨਾਨਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਰੰਗ ਰਾਤੀ ਫਿਰ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਜਾਂਦੀ ਹੈ ਉਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਇੱਕ ਰਸ ਵਿਆਪਕ ਨਕੋ ਨਕ ਹਿਰਦਾ ਪਰ ਜਾਂਦਾ ਹੈ ਪ੍ਰੇਮ ਸਹਿਜ ਸਮਾਣੀ ਉਹ ਪ੍ਰਭੂ ਦੇ ਪ੍ਰੇਮ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਸਮਾ ਜਾਂਦੀ ਹੈ ਉਹਦੇ ਵਿੱਚ ਤੇ ਫਿਰ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿੰਦਾ ਜੀ ਕੋਈ ਲੱਖ ਯਤਨ ਵੀ ਕਰੇ ਨਾ ਉਹਦੇ ਅੰਦਰ ਨੂੰ ਡੋਲਾਨਦਾ ਵੇਖੋ ਬੜੇ ਪਿਆਰੇ ਬਚਨ ਨੇ ਬਾਣੀ ਦੇ ਅੰਦਰ ਭਗਤ ਜੀ ਨੇ ਨਾ ਬਾਬਾ ਕਬੀਰ ਸਾਹਿਬ ਨੇ ਆਖਿਆ ਕਿੰਨੇ ਮੇਰੇ ਮਾਲਕ ਕਰਵਟ ਪਲਾ ਨਾ ਕਰਵਤ ਤੇਰੀ ਸਤਿਗੁਰ ਮੈਨੂੰ ਕਰਵਤ ਭਲਾ ਪਰ ਤੇਰੇ ਤੋਂ ਦੂਰ ਹੋਣਾ ਭਲਾ ਨਹੀਂ ਚੰਗਾ ਨਹੀਂ ਮੇਰੇ ਮਾਲਕ ਜੀ ਇੱਕ ਬੇਨਤੀ ਏ ਮੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਮੇਰੇ ਸਤਿਗੁਰ ਜੀ ਮੇਰੇ ਤੋਂ ਮੇਰੇ ਮੇਰੇ ਵੱਲ ਪਿੱਠ ਨਾ ਹੋਵੇ ਤੇਰੀ ਧਿਆਨ ਦੇਣਾ ਗੁਰੂ ਕਿਰਪਾ ਕਰਦਾ ਰੋਜ਼ ਸਾਨੂੰ ਆਪਣੇ ਗੁਨਾ ਦੀ ਸਤਗੁਰ ਤਾਸੀਰ ਦੇ ਕੇ ਸਮਝਾਉਂਦੇ ਨੇ ਪਰ ਖਿਆਲ ਕਰਿਓ ਸਤਗੁਰ ਸਾਚਾ ਕਿਆ ਕਰੇ ਜੇ ਸਿਖਾਂ ਮੈਂ ਜੇ ਸਿੱਖ ਦੇ ਅੰਦਰ ਹੀ ਚੂਕ ਕਮੀ ਹੋਵੇ ਤੇ ਗੁਰੂ ਕੀ ਕਰੇ ਮੇਰੇ ਸਤਗੁਰ ਨੇ ਜਿਹੜੇ ਬਚਨ ਕਹੇ ਨੇ ਨਾ ਧਿਆਨ ਦੇਣਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਰਬਾਰ ਵਿੱਚ ਬੈਠੇ ਨੇ ਤੇ ਸਤਗੁਰ ਪਾਤਸ਼ਾਹ ਜੀ ਦਾ ਅਨਿੰਨ ਸੇਖੇ ਜੀ ਮੇਰੇ ਮਾਲਕ ਜੀ ਦਾ ਉਹ ਸਤਗੁਰ ਨੇ ਬੜੀ ਕਿਰਪਾ ਕੀਤੀ ਸੁਥਰੇ ਸ਼ਾਹ ਜੀ ਤੇ ਉਹ ਸਤਗੁਰਾਂ ਦੇ ਚਰਨਾੰਦਰ ਬੜੇ ਵਿਅੰਗ ਨਾਲ ਗੁਰੂ ਦੇ ਪ੍ਰਸੰਗ ਨੂੰ ਸੰਗਤ ਦੇ ਸਾਹਮਣੇ ਰੱਖਦੇ ਸਨ ਸੰਗਤ ਸਾਹਮਣੇ ਬੈਠੀ ਹੈ ਜੀ ਜਿਵੇਂ ਦੇਖੋ ਗੁਰੂ ਦਰਬਾਰ ਸਜਿਆ ਆਪ ਸਾਰੇ ਗੁਰੂ ਦੇ ਸੰਮੁਖ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਨੇ ਤੇ ਭਾਈ ਸੁਥਰਾ ਜੀ ਸਭ ਤੋਂ ਅੱਗੇ ਬੈਠੇ ਨੇ ਜੀ ਬੈਠੇ ਸੰਗਤ ਵਿੱਚ ਗੁਰੂ ਜੀ ਸ਼ਬਦ ਦੀ ਵਿਚਾਰ ਕਰ ਰਹੇ ਨੇ ਤੇ ਭਾਈ ਸੁਥਰੇ ਨੇ ਨਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਲ ਪੇਟ ਕਰ ਲਏ ਗੁਰੂ ਹਰਗੋਬਿੰਦ ਸਾਹਿਬ ਉਹਨੂੰ ਦੇਖੋ ਇੰਨੀ ਸੰਗਤ ਬੈਠੀ ਹੈ ਜੀ ਜਿੰਨੀ ਸੰਗਤ ਦੇ ਵਿੱਚ ਇੱਕ ਬੰਦਾ ਅੱਗੇ ਬੈਠਾ ਗੁਰੂਵਾਲ ਪਿੱਠ ਕਰ ਲਏ ਤੇ ਧਿਆਨ ਸਾਰਿਆਂ ਦਾ ਗਿਆ ਵੀ ਗੱਲ ਕੀ ਹੋ ਗਈ ਕਿੰਨਿਆਂ ਨੇ ਕੋਲੋਂ ਬੈਠਿਆ ਨੇ ਟੁੰਬਿਆ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਜੀ ਜਾਣਦੇ ਸਨ ਪਾਤਸ਼ਾਹ ਜੀ ਨੇ ਵਿਚਾਰ ਰੋਕ ਕੇ ਪੁੱਛਿਆ ਸੁਥਰੇ ਨੂੰ ਸੁਥਰੇਆ ਕੀ ਗੱਲ ਗੁਰੂਵਾਲ ਪਿੱਠ ਕਰਕੇ ਬੈਠਾ ਹੈ ਤੇ ਭਾਈ ਸੁਥਰੇ ਜੀ ਨੇ ਆਖਿਆ ਸਤਿਗੁਰੂ ਮੈਂ ਕੀ ਕਰਾਂ ਦਾਤਾ ਜੀ ਤੁਸੀਂ ਰੋਜ਼ ਸਮਝਾਉਂਦੇ ਹੋ ਬੜੇ ਬਚਨਾਂ ਦੇ ਨਾਲ ਮੇਰੇ ਦਾਤਾ ਜੀ ਸਾਨੂੰ ਮੂੰਹ ਤੇ ਚਪੇੜਾ ਮਾਰ-ਮਾਰ ਕੇ ਸਮਝਾਉਂਦੇ ਉਹ ਗੁਰਸਿੱਖਾ ਕਿੱਥੇ ਖੜਾ ਹੈ ਕੀ ਤੇਰਾ ਜੀਵਨ ਕੀ ਕਰਨਾ ਪਿਆ ਤੂੰ ਕੀ ਕਰਨਾ ਚਾਹੀਦਾ ਤੈਨੂੰ ਮੇਰੇ ਸਤਿਗੁਰ ਅਸੀਂ ਨੇ ਢੀਠਾਂ ਮੇਰੇ ਦਾਤਾ ਜੀ ਰੋਜ਼ ਚਪੇੜਾਂ ਖਾ ਕੇ ਵੀ ਨਹੀਂ ਮੰਨਦੇ ਅੱਜ ਪਿੱਠ ਕਰਕੇ ਤਾਂ ਬੈਠਾ ਸਤਿਗੁਰ ਜੀ ਪਿੱਠ ਤੇ ਮਾਰ ਲੋ ਜਿੰਨੀਆਂ ਮਾਰਨੀ ਹੈ ਮਨ ਅਬੈੜਾ ਮੰਨਦਾ ਹੀ ਕੋਈ ਨਹੀਂ ਸੱਚ ਹੈ ਗੁਰਮਖੋ ਅਰਦਾਸ ਕਰੀਆ ਕਰਿਆ ਕਰੀਏ ਸਤਿਗੁਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਕਿਤੇ ਗੁਰੂ ਦੀ ਸੁਪਰ ਸੰਤਤਾ ਸਾਡੇ ਪੱਲੇ ਵੱਜ ਜਾਏ। ਕਿਖੋ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਜੇ ਜਿਨ੍ਹਾਂ ਨੂੰ ਮਿਲ ਜਾਏ ਨਾ ਉਹਨਾਂ ਦਾ ਕਿਰਦਾਰ ਇੰਨਾ ਉੱਚਾ ਹੋ ਜਾਂਦਾ ਹੈ। ਆਗਰੇ ਦੀ ਧਰਤੀ ਤੇ ਜ਼ਹਾਂਗੀਰ ਦਾ ਤੰਬੂ ਲੱਗਾ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਇਆ ਜੀ ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਆਏ ਨੇ। ਕਦੀ ਜ਼ਿੰਦਗੀ ਚ ਸਤਿਗੁਰਾਂ ਦੇ ਦੀਦਾਰ ਨਹੀਂ ਸੀ ਕੀਤੇ ਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਆਨਾ ਸੀ ਉਹ ਦੇ ਕੋਲ ਇੱਕ ਟਕਾ ਤੇ ਘੋੜੇ ਦੇ ਲਈ ਸਤਗੁਰਾਂ ਦੇ ਲਈ ਕਾ ਖੋਦ ਕੇ ਪੰਡ ਸਿਰ ਤੇ ਲੱਕ ਲਈ ਅਤ ਦੀ ਗਰੀਬੀ ਸਿੱਖ ਕੋਲ ਤੇ ਭਲੇਖੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਜਦੋਂ ਜਹਾਂਗੀਰ ਦੇ ਤੰਬੂ ਚ ਗਿਆ ਤੇ ਅਗਿਆਲਕਾਰ ਖੜਾ ਉਹਨੇ ਕੱਪੜੇ ਵੇਖ ਕੇ ਅੱਗੇ ਜਾਣ ਨਾ ਦਿੱਤਾ ਜੀ ਜਹਾਂਗੀਰ ਕੋਲੋਂ ਹੀ ਬੈਠਾਂ ਦੀ ਆਵਾਜ਼ ਆ ਗਈ ਉਹਨੇ ਬੁਲਾ ਲਿਆ ਅੰਦਰ ਕਹਿੰਦਾ ਕੀ ਗੱਲ ਕਹਿੰਦਾ ਜੀ ਸਿਰ ਝੁਕਾ ਕੇ ਕਹਿੰਦਾ ਜੀ ਸਤਗੁਰੂ ਧੰਨ ਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨਾ ਸਿੱਖ ਸੱਚੇ ਪਾਤਸ਼ਾਹ ਕਹਿੰਦੇ ਸਨ ਗੁਰੂ ਅਰਗਵਨ ਸਾਹਿਬ ਜੀ ਨੂੰ ਮੈਂ دیدار ਕਰਨਾ ਹੈ ਸਤਿਗੁਰੂ ساری ਜ਼ਿੰਦਗੀ ਦੀ ਕਮਾਈ ਇੱਕ ਟਕਾ ਹੈ ਦਾਤਾ ਜੀ ਆ ਤੁਹਾਡੇ ਘੋੜੇ ਲਈ ਘਾ ਲੈ ਕੇ ਆਇਆ ਤਰਸ ਕਰੋ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਮੇਰਾ ਆਵਾ ਗਵਨ ਮਿਟ ਜਾਏ ਸਤਿਗੁਰੂ ਤੁਹਾਡੇ ਚਰਨਾਂ ਤੋਂ ਬਿਨਾ ਮੁਕਤੀ ਕਿਤੇ ਨਹੀਂ ਦਾਤਾ ਅੱਜ ਬੜੀ ਰਹਿਮਤ ਹੋਈਏ ਬਾਬੇ ਨਾਨਕ ਦੀ ਤੁਹਾਡੇ ਦਰਸ਼ਨ ਨੂੰ ਨਸੀਬ ਹੋਏ ਨੇ ਜ਼ਾਗੀਰ ਸਮਝ ਗਿਆ ਕਹਿੰਦਾ ਭਲਿਆ ਸਿੱਖਾ ਜਿੰਦੇ ਅੱਗੇ ਸਿਰ ਝੁਕਾਣਾ ਪਿਆ ਜਿੰਨੂੰ ਸਮਝ ਕੇ ਝੁਕਾਣਾ ਪਿਆ ਇਹ ਉਹ ਨਹੀਂ ਕਹਿੰਦਾ ਮਤਲਬ ਜਿਵੇਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੇ ਆਖਿਆ ਵੀ ਤੁਸੀਂ ਕਹਿੰਦੇ ਮੈਂ ਬਾਦਸ਼ਾਹ ਜਹਾਂਗੀਰਾਂ ਇਹਨੇ ਟਕਾ ਵੀ ਚੁੱਕ ਲਿਆ ਤੇ ਘਾਹ ਦੀ ਪੰਡ ਵੀ ਚੁੱਕ ਲੇ ਕਲੋ ਖੜਾ ਐਰਕਾਰ ਉਹਨੇ ਰੋਕ ਲਿਆ ਜੀ ਕਹਿਣ ਲੱਗਾ ਜਿਹੜੀ ਭੇਟਾ ਬਾਦਸ਼ਾਹ ਦੇ ਅੱਗੇ ਰੱਖੀ ਜਾਏ ਚੁੱਕੀ ਨਹੀਂ ਜਾ ਸਕਦੀ ਤੈਨੂੰ ਪਤਾ ਹੈ ਕਿੱਡੀ ਵੱਡੀ ਗੁਸਥਾਕੀ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ ਉਹ ਕਹਿੰਦਾ ਸਿਰ ਕਲਮ ਕਰ ਦਿਓ ਕੋਈ ਗੱਲ ਨਹੀਂ ਇਹ ਸਿਰ ਤੇ ਪਹਿਲਾਂ ਹੀ ਮੈਂ ਆਪਣੇ ਗੁਰੂ ਨੂੰ ਦੇ ਚਕਾਂ ਤੁਸੀਂ ਕਲਮ ਹੀ ਕਰ ਦਿਓਗੇ ਨਾ ਜਾ ਨਹੀਂ ਖੜਦੇ ਉਸ ਤੋਂ ਜ਼ਿਆਦਾ ਨਹੀਂ ਪਰ ਜਿਹੜੀ ਦ ਚੀਜ਼ ਮੈਂ ਗੁਰੂ ਲਈ ਲੈ ਕੇ ਆਇਆ ਜਿਹੜੀ ਪ੍ਰੇਮ ਪੇਟਾ ਮੈਂ ਗੁਰੂ ਦੇ ਚਰਨਾ ਵਿੱਚ ਹੀ ਰੱਖਣੀ ਉਹਨੇ ਸੱਚ ਵਿੱਚ ਗੁਰਮਖੋ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਜਹਾਂਗੀਰ ਪੂਰਾ ਹਿੰਦੁਸਤਾਨ ਉਹਦੇ ਹੁਕਮ ਵਿੱਚ ਚੱਲਦਾ ਇੱਕ ਗੁਰੂ ਦੇ ਸਿੱਖ ਨੇ ਇੱਕ ਟਕੇ ਦੇ ਬਰਾਬਰ ਵੀ ਉਹਦੀ ਔਕਾਤ ਨਹੀਂ ਜਾਣੀ ਸੱਚ ਜਾਣਿਓ ਅੱਜ ਅਸੀਂ ਕਿੱਥੇ ਖੜੇ ਆ ਮਿਸ ਕਰਕੇ ਬੇਨਤੀ ਕਰਨਾ ਸੋਚਣ ਤੇ ਸਮਝਣ ਦੀ ਗੱਲ ਹੈ ਕਦੀ ਜਰੂਰ ਬੈਠ ਕੇ ਆਪਣੇ ਅੰਦਰ ਪਰਚੋਲ ਕਰਕੇ ਵੇਖੀਏ ਮੇਰੇ ਸਹਿਬ ਜੀ ਨੇ ਜਿਹੜੇ ਬਚਨ ਕਹਿੰਨੇ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਸੁਖ ਸੋਹੀ ਲੜੇ ਹਰ ਗਾਵਣ ਲਾਗੇ ਸੋਹੀ ਲੜੇ ਦਾ ਮਤਲਬ ਏ ਸੁਖਾਂ ਦੇ ਸੁਖ ਦੇਣ ਵਾਲੇ ਜਿਵੇਂ ਵਿਆਹ ਸ਼ਾਦੀ ਵੇਲੇ ਗੀਤ ਗਾਏ ਜਾਂਦੇ ਨੇ ਨਾ ਸਤਿਗੁਰੂ ਕਹਿੰਦੇ ਨੇ ਸੁਖਾਂ ਰੂਪੀ ਗੀਤ ਪਾਵ ਜਿਹੜੇ ਮਨ ਨੂੰ ਆਨੰਦ ਦੇਣ ਵਾਲੇ ਨੇ ਹਰ ਗਾਮ ਲਾਗੇ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੇ ਉਹ ਸੋਹਣੇ ਗੀਤ ਪਾਵ ਰੱਬੀ ਸਿਪ ਸਲਾਤ ਦੇ ਗੀਤ ਰੱਬੀ ਬਾਣੀ ਦੇ ਗੀਤ ਪਾਤਸ਼ਾਹ ਕਹਿੰਦੇ ਨੇ ਜੀ ਵਿਸਤਰੀਆਂ ਜਿਹੜਾ ਪ੍ਰਭੂ ਦੇ ਪਿਆਰ ਵਿੱਚ ਜੁੜਿਆ ਹੁੰਦਾ ਉਹ ਗਾਂਦਾ ਹਰ ਵੇਲੇ ਹਰ ਵੇਲੇ ਇਹਨਾਂ ਗੁਣਾਂ ਦੇ ਨਾਲ ਜੁੜਿਆ ਰਹਿੰਦਾ ਹੈ ਸਾਜਨ ਸਰਸਿ ੜੇ ਸਰਸਿ ੜੇ ਦੇ ਮਤਲਬ ਹੁੰਦਾ ਹੈ ਫੁੱਲਣਾ ਵਧਣਾ ਤੇ ਫੁੱਲਣਾ ਜਿਵੇਂ ਸਾਬ ਨੇ ਬਾਣੀ ਵਿੱਚ ਜਦੋਂ ਵਣਸ਼ਪਤੀ ਦੀ ਗੱਲ ਕੀਤੀ ਹੈ ਤੇ ਉੱਥੇ ਪਾਤਸ਼ਾਹ ਜੀ ਨੇ ਉਹਦੇ ਨਾਲ ਸ਼ਬਦ ਜੋੜਿਆ ਪਾਤਸ਼ਾਹ ਕਹਿੰਦੇ ਨੇ ਹੁਣ ਇਹ ਜਦੋਂ ਬਸੰਤ ਰੁਤਾਈ ਤੇ ਇਹ ਸਰਸਪਈ ਭਾਵ ਇਹਦੇ ਅੰਦਰ ਵਦਨ ਤੇ ਫੁੱਲਣ ਦੀ ਸਮਰੱਥਾ ਪੈਦਾ ਹੋ ਗਈ ਹੁਣ ਪਾਤਸ਼ਾਹ ਕਹਿੰਦੇ ਨੇ ਜਦੋਂ ਰੱਬ ਦੇ ਗੁਣ ਗਾਏ ਨਾ ਫਿਰ ਹੋਇਆ ਕਿ ਸਾਜਨ ਸਰਸ ਜੜੇ ਉਹ ਪ੍ਰਮਾਤਮਾ ਅਕਾਲਪੁਰਖ ਉਹਦੇ ਜਿਹੜੇ ਪ੍ਰਭੂ ਦੇ ਜਿਹੜੇ ਗੁਣ ਸੀ ਉਹ ਅੰਦਰ ਵਦਨ ਫੁੱਲਣ ਲੱਗ ਪਏ ਭਾਵ ਇਹ ਹਿਰਦਾ ਜਿਹੜਾ ਰੱਬੀ ਗੁਣਾ ਨਾਲ ਅੰਦਰੋਂ ਜੁੜ ਗਿਆ ਦੁੱਖ ਦੁਸ਼ਮਣ ਭਾਗੇ ਜਿਹੜੇ ਅੰਦਰ ਦੁੱਖ ਸਨ ਜਿਹੜੇ ਅੰਦਰ ਦੁਸ਼ਮਨ ਸੰਕਾਮ, ਕ੍ਰੋਧ, ਲੋ, ਮੋਹ, ਹੰਕਾਰ, ਈਰਖਾ, ਦੁਸ਼ੈ ਜਿੰਨੇ ਵੀ ਅਵਗੁਣ ਸੰਨ ਦੁਸ਼ਮਨ ਬਣ ਬੈਠੇ ਸਨ ਅੰਦਰ ਸਭ ਕਹਿੰਦੇ ਨੇ ਸਾਰੇ ਅੰਦਰੋਂ ਪਤ ਗਏ ਨਸਬੰਝੋ ਕਿਲ ਵਿਖੋ ਕਰਤਾ ਕਰਿਆ ਆ ਮੇਰਾ ਕਰਤਾ ਮੇਰੇ ਹਿਰਦੇ ਘਰ ਵਿੱਚ ਆ ਗਿਆ ਤੇ ਜਦੋਂ ਕਰਤਾ ਆ ਗਿਆ ਨਾ ਚੇਤੇ ਰੱਖਿਓ ਜਿਸ ਹਿਰਦੇ ਵਿੱਚ ਰੱਬੀ ਗੁਣ ਟਿਕ ਗਏ ਉਸ ਹਿਰਦੇ ਵਿੱਚ ਫਿਰ ਅਵਗਣਾਂ ਦੀ ਤੇ ਥਾਂ ਰਹਿੰਦੀ ਕੋਈ ਨਹੀਂ ਨਾ ਗੁਰੂ ਤਰਸ ਕਰੇ ਕਿ ਤੇ ਸਾਡੇ ਅੰਦਰ ਟਿਕ ਜਾਏ ਪਾਤਸ਼ਾਹ ਕਹਿੰਦੇ ਨੇ ਸੁਖ ਸਹਜ ਸਰਸੇ ਹਰ ਨਾਮ ਰਹਿ세 ਜਿਨ੍ਹਾਂ ਦਾ ਹਿਰਦਾ ਗੁਰੂ ਦੇ ਸ਼ਬਦ ਨਾਲ ਇੱਕ ਰਸ ਜੁੜ ਗਿਆ ਪਾਤਸ਼ਾਹ ਜੀ ਕਹਿੰਦੇ ਨੇ ਸੋਹnde ਅੰਦਰ ਆਤਮਕ ਸੁਖ ਤੇ ਆਤਮਕ ਅਡੋਲਤਾ ਪੈਦਾ ਹੋ ਗਈ ਤੇ ਸਾਬ ਕਹਿੰਦੇ ਨੇ ਫਿਰ ਉਹਦਾ ਮਨ ਆਨੰਦ ਵਿੱਚ ਖੁਸ਼ੀ ਦੇ ਵਿੱਚ ਰਹਾ세 ਦਾ ਮਤਲਬ ਹੁੰਦਾ ਹੈ ਆਨੰਦ ਵਿੱਚ ਖੁਸ਼ੀ ਦੇ ਵਿੱਚ ਨੱਚਣਾ ਜਿਵੇਂ ਕੋਈ ਬਾਹਰ ਮੁਕੀ ਸੰਸਾਰ ਦੀ ਖੁਸ਼ੀ ਮਿਲੇ ਤੇ ਨੱਚਦਾ ਹੈ ਸੱਭ ਕਹਿੰਦੇ ਨੂੰ ਹਿਰਦਾ ਗੁਰੂ ਦੇ ਸ਼ਬਦ ਦੇ ਰਸ ਵਿੱਚ ਹਰ ਵੇਲੇ ਨੱਚਦਾ ਹੈ ਪ੍ਰਭ ਜੁੜਿਆ ਹੋਇਆ ਪਾਤਸ਼ਾਹ ਕਹਿੰਦੇ ਨੇ ਪ੍ਰਭ ਆਪ ਕਿਰਪਾ ਧਾਰੀਆ ਪਰ ਜੀਵੀ ਸ੍ਰੀ ਕਹਿੰਦੀ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ ਜੀ ਇਹ ਦਾਤਾਂ ਐਵੇਂ ਨਹੀਂ ਜੇ ਮਿਲਦੀਆਂ ਤੁਸੀਂ ਕੱਲ ਸੰਗਰਾਂਦ ਦਾ ਦਿਨ ਸੀ ਤੇ ਉਸ ਤੋਂ ਪਹਿਲਾਂ ਇੱਕ ਸ਼ਬਦ ਪੜਿਆ ਕਿਰਤ ਕਰਮ ਕੇ ਵਿਛੜੇ ਮੇਰੇ ਦਾਤਾਂ ਮੈਂ ਆਪਣੇ ਕੀਤੇ ਕਰਮਾਂ ਕਰਕੇ ਤੈਥੋਂ ਵਿਛੜਿਆ ਬੇਨੂੰ ਵਿਛੋੜਨ ਵਾਲਾ ਕੋਈ ਦੂਜਾ ਨਹੀਂ ਅਸੀਂ ਹਮੇਸ਼ਾ ਦੂਜੇ ਨੂੰ ਬਲੇਮ ਕਰਦੇ ਹਾਂ ਜੀ ਸਾਬ ਕਹਿੰਦੇ ਨੇ ਕੋਈ ਦੂਜਾ ਨਹੀਂ ਵਿਛੋੜਨ ਵਾਲਾ ਮੇਰੇ ਦਾਤਾ ਜੀ ਮੈਨੂੰ ਵਿਛੋੜਿਆ ਮੇਰੇ ਆਪਣੀ ਕਰਮਾਂ ਨੇ ਤੇ ਫਿਰ ਜਦੋਂ ਗੱਲ ਆਈ ਵੀ ਮਿਲਾਂ ਕਿਵੇਂ ਧਿਆਨ ਦੇਣਾ ਮੈਂ ਰਾਤੀ ਬੇਨਤੀ ਕੀਤੀ ਸੀ ਕਥਾ ਕਰਦੇ ਆਂ ਵੀ ਜੇ ਮਿਲਣਾ ਹੋਵੇ ਵੇਖੋ ਕਿਸੇ ਬੰਦੇ ਆ ਕੋਲ ਕੋਈ ਕੋਈ ਲੋਸ ਹੋ ਜਾਏ ਬਿਜ਼ਨਸ ਵਿੱਚ ਉਹ ਕਹਿੰਦਾ ਵੀ ਮੈਂ ਸੁਧਾਰ ਦਿਆਂਗਾ ਜੀ ਚਿੰਤਾ ਨਾ ਕਰੋ ਮੈਂ ਵਿਗਾੜਿਆ ਮੈਂ ਸੁਧਾਰਾਂਗਾ ਪਰ ਸਾਬ ਕਹਿੰਦੇ ਨੇ ਇੱਥੇ ਬੰਦਾ ਆਖੇ ਜੀ ਨਹੀਂ ਆਪਣੇ ਕਰਮਾ ਕਰਕੇ ਵਿਛੜਿਆ ਤੇ ਆਪਣੇ ਕਰਮਾ ਕਰਕੇ ਮਿਲਾਂਗਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ ਕਿਵੇਂ ਮਿਲਿਆ ਜਾਏ ਪਤਸ਼ਾਹ ਕਹਿੰਦੇ ਨੇ ਮਿਲੇਗਾ ਉਹਦੋਂ ਜਦੋਂ ਸਤਗੁਰ ਕਹਿੰਦੇ ਨੇ ਮੇਰੇ ਮਾਲਕ ਜੀ ਤੂੰ ਆਪ ਆਪਣੀ ਕਿਰਪਾ ਕਰੇਗਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਸਤਗੁਰ ਤੂੰ ਤਰਸ ਕਰੇਗਾ ਤੇ ਮੈਂ ਮਿਲਾਂਗਾ ਤੇਰੇ ਤਰਸ ਤੋਂ ਬਿਨਾਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੜਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ जुਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਨੀ ਸੰਗ ਪਾਨੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹਦੇ ਅੰਦਰ ਫਿਰ ਆਤਮਿਕ ਅਡੋਲਤਾ ਆ ਗਈ ਪ੍ਰਭੂ ਨੇ ਐਸੀ ਕਿਰਪਾ ਕਰਤੀ ਉਹਦੇ ਤੇ ਹਰ ਚਰਨ ਲਾਗੇ ਉਹਦੇ ਅੰਦਰ ਗੁਰੂ ਦਾ ਸ਼ਬਦ ਰੂਪੀ ਚਰਨ ਟਿਕ ਗਏ ਉਹ ਗੁਰੂ ਦੇ ਉਪਦੇਸ਼ ਨਾਲ ਜੁੜ ਗਿਆ ਚਰਨ ਦਾ ਮਤਲਬ ਹੈ ਉਪਦੇਸ਼ ਸਦਾ ਜਾਗੇ ਉਹ ਸਦਾ ਚੇਤਨ ਹੋ ਜਾਂਦਾ ਜੀ ਚੇਤਨ ਜਾਗੜਨਾ ਮਤਲਬ ਹੈ ਅਵੇਅਰ ਹੋਣਾ ਜਾਗ ਜਾਣਾ ਜਾਗਣਾ ਦਾ ਮਤਲਬ ਸਿਰਫ ਅੱਖਾਂ ਖੁੱਲੀਆਂ ਹੋਣਾ ਨਹੀਂ ਬਾਣੀ ਕਹਿੰਦੀ ਜਾਗਦਾ ਉਹ ਜਿਹੜਾ ਹਰ ਵੇਲੇ ਗੁਰੂ ਦੇ ਉਪਦੇਸ਼ ਵਿੱਚ ਜਿੰਦਾ ਹੈ ਧਿਆਨ ਦੇਣਾ ਬਹੁਤ ਇਸ ਸੰਸਾਰ ਵਿੱਚ ਬੰਦਾ ਬੜੀਆਂ ਥਾਵਾਂ ਨੇ ਅਸੀਂ ਆ ਸਾਤ ਸੰਗਤ ਜਿੱਥੇ ਬੰਦਾ ਕਹਿੰਦਾ ਜੀ ਨਹੀਂ ਕੋਈ ਗੱਲ ਨਹੀਂ ਜੀ ਫਿਰ ਕੀ ਹੋਇਆ ਇੰਨਾ ਕੋਈ ਤੇ ਕੀਤਾ ਹੈ ਪਰ ਸਾਬ ਕਹਿੰਦੇ ਨੇ ਸੱਚ ਹੈ ਜੇ ਅਵੇ ਰੋਏਗਾ ਨਾ ਜਾਗਦਾ ਹੋਏਗਾ ਹਮੇਸ਼ਾ ਗੁਰੂ ਦੇ ਸ਼ਬਦ ਨੂੰ ਧਿਆਨ ਵਿੱਚ ਰੱਖੇਗਾ ਫਿਰ ਇਹ ਨਹੀਂ ਆਖੇਗਾ ਨਹੀਂ ਲੋਕ ਲਾਜ ਲਈ ਮੈਂ ਕੁਝ ਕੀਤਾ ਨਹੀਂ ਉੱਥੇ ਫਿਰ ਲੋਕ ਲਾਜ ਦੀ ਤੇ ਗੱਲ ਹੀ ਖਤਮ ਹੋ ਜਾਂਦੀ ਹੈ ਜੀ ਉੱਥੇ ਤੇ ਕੋਈ ਗੱਲ ਸ਼੍ਰੇਸ਼ਟ ਹੁੰਦੀ ਹੈ ਗੁਰੂ ਦਾ ਹੁਕਮ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਤਾਂ ਹੀ ਸਾਬ ਜੀ ਨੇ ਕਿਹਾ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਉਹ ਸਾਰੇ ਸੰਸਾਰ ਰੂਪੇ ਬੰਨ ਨੂੰ ਬਣਾਉਣ ਵਾਲਾ ਉਹ ਮਿਲ ਜਾਂਦਾ ਹੈ ਸ਼ੁਭ ਦਿਵਸ ਆਏ ਉਹਦੇ ਜੀਵਨ ਵਿੱਚ ਫਿਰ ਚੰਗੀਆਂ ਘੜੀਆਂ ਚੰਗੇ ਦਿਨ ਆ ਜਾਂਦੇ ਨੇ ਸਹਜ ਪਾਏ ਉਹਨੇ ਆਤਮਿਕ ਅਡੋਲਤਾ ਨਾਲ ਦਾਤੇ ਨੂੰ ਪ੍ਰਮਾਤਮਾ ਨੂੰ ਪਾ ਲਿਆ ਸਗਲ ਨਿੱਧ ਪ੍ਰਭ ਭਾਗੇ ਸਾਰੇ ਖਜ਼ਾਨੇ ਉਹਨੂੰ ਮਿਲ ਗਏ ਹੋਰ ਜਿਹੜੇ ਖਜ਼ਾਨੇ ਸਾਹਿਬ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਇਹ ਖਜ਼ਾਨਾ ਹੈ ਜੀ ਇਹ ਉਹ ਕੀਮਤੀ ਖਜ਼ਾਨਾ ਹੈ ਜਿਹਨੂੰ ਬਾਬਾ ਜੀ ਕਹਿੰਦੇ ਨੇ ਕੰਚਨ ਸਿਉ ਪਾਈ ਹੈ ਨਹੀਂ ਤੋਲ ਮਰਦੇ RAM ਇਹ ਤੇ ਉਹ ਖਜ਼ਾਨਾ ਸਾਹਿਬ ਕਹਿੰਦੇ ਨੇ ਬਿਨਵੰਤ ਨਾਨਕ ਸ਼ਰਨ ਸੁਆਮੀ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਸਤਿਗੁਰੂ ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਮੈਂ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਪਤਾ ਹੈ ਸਤਿਗੁਰ ਜੋ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਤੂੰ ਉਹਦੀ ਪੈਜ ਰੱਖਣਾ ਹੈ ਲਾਜ ਰੱਖਣਾ ਹੈ ਕਿਉਂ ਮੇਰੇ ਸਤਿਗੁਰ ਕਿਉਂਕਿ ਤੂੰ ਬਖਸ਼ਣ ਹਾਰ ਹੈ ਤੂੰ ਕਦੀ ਉਹਗੁਰ ਨੀਚੇ ਤਾਰਦਾ ਮੇਰੇ ਸਤਿਗੁਰ ਕਿਰਪਾ ਕਰ ਸਦਾ ਹਰ ਜਨ ਤਾਗੇ ਤਾਗੇ ਦਾ ਮਤਲਬ ਹੈ ਇੱਕ ਰਸ ਜੁੜੇ ਹੋਣਾ ਉਹ ਤਪੋਤ ਜੁੜੇ ਹੋਣਾ ਸਭ ਕਹਿੰਦੇ ਨੇ ਇੱਕ ਰਸ ਮੇਰੀ ਤੇਰੇ ਚਰਨਾਂ ਦੇ ਨਾਲ ਉਪਦੇਸ਼ ਨਾਲ ਸਾਝ ਬਣ ਜਾਏ ਮੇਰੇ ਅੰਦਰੋਂ ਦੁਬਿਧਾ ਖਤਮ ਹੋ ਜਾਏ ਪਰਮ ਖਤਮ ਹੋ ਜਾਏ ਡੁਅੈਲਿਟੀ ਮੁੱਕ ਜਾਏ ਮੇਰਾ ਮਨ ਸਦਾ ਸਤਗੁਰੂ ਜੀ ਤੇਰੇ ਸ਼ਬਦ ਨੂੰ ਆਪਣਾ ਆਧਾਰ ਬਣਾ ਕੇ ਜੀਏ ਜਦੋਂ ਐਸਾ ਸਬੱਬ ਬਣਦਾ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਫਿਰ ਪ੍ਰਭੂ ਦਾ ਕਰ ਦੂਰ ਨਹੀਂ ਹੁੰਦਾ ਫਿਰ ਤੇ ਸਦਾ ਜੀਵਨ ਵਿੱਚ ਆਨੰਦ ਹੈ ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਆਓ ਮੈਂ ਦੱਸਾਂ ਤੁਹਾਨੂੰ ਕਿਵੇਂ ਮਿਲਦਾ ਹੈ ਅਨੰਦ ਸੁਨੋ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਤਰਸ ਸਭ ਵਿਸੂਰੇ ਮੁਕ ਜਾਂਦੇ ਨੇ ਪਾਪ ਆਸ ਪੂਰੀ ਹੋ ਜਾਂਦੀ ਏ ਕਰਤੇ ਨਾਲ ਜੁੜਿਆਂ ਤੋਂ ਬਿਨਾ ਇਹ ਪੂਰੀ ਨਹੀਂ ਜਿਉਣੀ ਗੁਰੂ ਕਿਰਪਾ ਕਰਨ ਤੁਨ ਗੁਰਤੇਗ ਬਹਾਦਰ ਸਾਹਿਬ ਜੀ ਸਾਡੇ ਸਾਰਿਆਂ ਤੇ ਤਰਸ ਕਰਨ ਇਸ ਪਾਵਨ ਸ਼ਬਦ ਦੀ ਵਿਚਾਰ ਇੱਥੇ ਸੰਪੂਰਨ ਹੈ ਆਸਾ ਰਾਗ ਦਾ ਇਹ ਪਾਵਨ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਆਚਰਣ ਕੀਤਾ ਹੋਇਆ ਸ਼ਾਂਤ ਤੇ ਪੂਰਨ ਸ਼ਬਦ ਅੱਜ ਇੱਥੇ ਸੰਪੂਰਨ ਹੋਇਆ ਗੁਰੂ ਤਰਸ ਕਰਨ ਸਾਡੇ ਸਾਰਿਆਂ ਤੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਨਿਭਾਉਂਦੇ ਆਂ ਬੇੰਤ ਗਲਤੀਆਂ ਹੋ ਜਾਂਦੀਆਂ ਨੇ ਆਪ ਸੰਗਤ ਬਖਸ਼ਿਓਗੋ ਇਹ ਅਰਦਾਸ ਕਰੀਏ ਸਤਿਗੁਰੂ ਤੁਹਾਡੀ ਬਾਣੀ ਦਾ ਪਿਆਰ ਹਿਰਦੇ ਵਿੱਚ ਟਿਕ ਜਾਏ ਮੇਰੇ ਲਈ ਅਰਦਾਸ ਕਰਿਓ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਕੇ ਵਜੀਰ ਸਭਨਾਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਚੰਨ ਪਰ ਸੰਦੇਸ਼ ਬਖਸ਼ੇ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਕਰੋ ਕਿਰਪਾ ਸਾਧ ਸੰਗਤ ਜੀ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ